ਬਿਜ਼ਨ ਪੰਜਾਬੀ ਟਿਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵੀ ਸਵਾਗਤ ਹੈ ਜੀ ਪੰਜਾਬ ਦੇ ਪਾਣੀ ਇੱਕ ਵਾਰ ਫਿਰ ਚਰਚਾ ਵਿੱਚ ਨੇ ਵੰਡ ਤੋਂ ਲੈ ਕੇ ਪੰਜਾਬ ਹਰਿਆਣਾ ਦੀ ਵੰਡ ਤੱਕ ਵੀ ਪਾਣੀਆਂ ਦੇ ਮਸਲੇ ਹੱਲ ਨਹੀਂ ਹੋਏ ਤੇ ਸਰਕਾਰਾਂ ਬਦਲਦੀਆਂ ਰਹੀਆਂ ਪਰ ਪੰਜਾਬ ਦੇ ਪਾਣੀਆਂ ਦੇ ਮਸਲੇ ਉੱਥੇ ਦੇ ਤਿਉਂ ਦੇ ਜਿਉਂ ਰਹੇ ਅੱਜ ਫਿਰ ਇੱਕ ਵਾਰ ਪਾਣੀਆਂ ਦੇ ਮਸਲੇ ਚਰਚਾ ਵਿੱਚ ਇਸ ਲਈ ਵੀ ਆਉਂਦੇ ਨੇ ਕਿ ਇੱਕ ਤਾਂ ਪੰਜਾਬ ਦੇ ਰਾਸ਼ਵਾ ਮੈਂਬਰ ਉਹਨੇ ਮੁੱਦੇ ਖੜੇ ਕਰ ਰਹੇ ਨੇ ਪਰ ਉਹ ਧਰਤੀ ਹੇਠਲੇ ਪਾਣੀ ਦੀ ਗਲਤਤਾ ਕਰਦੇ ਨੇ ਕਿ ਉਹਦਾ ਪੱਧਰ ਹੀਟਾਂ ਜਾ ਰਿਹਾ ਉਹ ਨਾਲ ਦੀ ਨਾਲੋ ਦਰਿਆਈ ਪਾਣੀਆਂ ਦੇ ਸਾਫ਼ ਹੋਣ ਦੀ ਗਲਤਤਾ ਕਰਦੇ ਨੇ ਪਰ ਉਹ ਦਰਿਆਈ ਪਾਣੀਆਂ ਦੀ ਬੰਡ ਦੀ ਗੱਲ ਨਹੀਂ ਕਰਦੇ ਉਹ ਨਹਿਰੀ ਐ ਐਸਵਾਈਐਲ ਵਾਲੇ ਮਾਰਗੇ ਮੁੱਦਿਆਂ ਦੀ ਗੱਲ ਨਹੀਂ ਕਰਦੇ ਪਰ ਪੰਜਾਬ ਦੇ ਕਿਸਾਨ ਇੱਕ ਵਾਰ ਪਾਣੀਆਂ ਦੇ ਮਸਲਿਆਂ ਤੇ ਬੋਲਣ ਲੱਗੇ ਨੇ ਉਹ ਪਾਣੀਆਂ ਦੇ ਬੰਡ ਦੇ ਸਵਾਲ ਵੀ ਖੜੇ ਕਰਨ ਲੱਗੇ ਨੇ ਤੇ ਉਹ ਪਾਣੀਆਂ ਦੇ ਦਰਿਆਈ ਪਾਣੀਆਂ ਦੇ ਨਾਲ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਗੱਲ ਕਰਨ ਲੱਗੇ ਨੇ ਤੇ ਲੋਕਾਂ ਚ ਵੀ ਇਹ ਚਰਚਾ ਚੱਲੀ ਹੈ ਪਰ ਇਹਨਾਂ ਮਸਲਿਆਂ ਦੇ ਲਈ ਕਰਨਾ ਕੀ ਪਏਗਾ ਉਹਦੀ ਅਸਲ ਹਕੀਕਤ ਧਰਤੀ ਤੇ ਕਿਵੇਂ ਉਸਰੇਗੀ ਕਿ ਧਰਤੀ ਹੇਠਲਾ ਪਾਣੀ ਵੀ ਬਚੇ ਨਹਿਰੀ ਪਾਣੀ ਨੂੰ ਵੀ ਅਸੀਂ ਸੰਭ ਲੀਏ ਐਮ ਬਰਸਾਤੀ ਪਾਣੀ ਨੂੰ ਵੀ ਸੰਭਾਲ ਲੀਏ ਧਰਤੀ ਦਾ ਪਾਣੀ ਦਾ ਲੈਵਲ ਵੀ ਉੱਚਾ ਕਰ ਲੀਏ ਔਰ ਪਾਣੀਆਂ ਦੇ ਬਿਵਾਦ ਵੀ ਨਿਵੇਟ ਲੀਏ ਖਾਸ ਕਰਕੇ ਜਿਹੜਾ ਪਾਣੀਆਂ ਦੀ ਬੰਡ ਦਾ ਮਸਲਾ ਤੇ ਉੱਥੇ ਨਾਲ ਦੀ ਨਾਲ ਪੰਜਾਬ ਦੀ ਸਿਹਤ ਨੂੰ ਲੈ ਕੇ ਖੂਬ ਚਰਚਾ ਕਹਿੰਦੇ ਕਿ ਚਾਹੇ ਹਸਤਾਲ ਬੰਦਿਆਂ ਵਾਲਾ ਹੋਵੇ ਚਾਹੇ ਹਸਲ ਡੰਗਰਾਂ ਵਾਲਾ ਹੋਵੇ ਉੱਥੇ ਡਾਕਟਰ ਉੱਥੇ ਵੀ ਨਹੀਂ ਡਾਕਟਰ ਉੱਥੇ ਵੀ ਨਹੀਂ ਦਵਾਈ ਉੱਥੇ ਵੀ ਨਹੀਂ ਦਵਾਈ ਉੱਥੇ ਵੀ ਨਹੀਂ ਸੋ ਆਹ ਜਿਹੜਾ ਮਸਲਾ ਹੈ ਉਹਦੇ ਵਿੱਚ ਆਇਸ਼ਮਾਨ ਵਰਗੀ ਯੋਜਨਾ ਦਾ ਮਰ ਜਾਣਾ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਕਿ ਹੁਣ ਪੀਜੀਆਈ ਵਰਗੇ ਹਸਪਤਾਲਾਂ ਨੇ ਵੀ ਹੱਥ ਖੜਾ ਕੀਤਾ ਹੋਵੇ ਔਰ ਮੰਤਰੀ ਸਾਹਿਬ ਕਹਿੰਦੇ ਪੈਸੇ ਜਾਰੀ ਹੋ ਗਏ ਪੀਜੀਆਈ ਕਹਿੰਦੀ ਅਜੇ ਤੱਕ ਪਹੁੰਚੇ ਨਹੀਂ ਸੋ ਇਹ ਸਾਰੇ ਮਾਮਲੇ ਦੇ ਵਿੱਚ ਪੰਜਾਬ ਦੇ ਵਿੱਚ ਮਹੱਲਾ ਕਲੀਨਿਕਾਂ ਦੀ ਫਿਰਕੀ ਹੋਂਦ ਬਣਦੀ ਹੈ ਇਹ ਪਹਿਲੋਂ ਅਸੀਂ ਤੇ ਕਰਾਂਗੇ ਚਰਚਾ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਹਮਿੰਦਰ ਸਿੰਘ ਭਾਜੀ ਸਾਡੇ ਨਾਲ ਨੇ ਭਾਜੀ ਸਵਾਗਤ ਕਰਦੇ ਜੀ ਸ਼ੁਕਰੀਆ ਭਾਜੀ ਮੈਂ ਪਾਣੀਆਂ ਦੀ ਵੰਡ ਤੋਂ ਹੀ ਗੱਲ ਸ਼ੁਰੂ ਕਰਨੀ ਚਾਹੁੰਨਾ ਕਿ ਜਦੋਂ ਭਾਰਤ ਪਾਕ ਦੀ ਵੰਡ ਹੁੰਦੀ ਆ ਤਦ ਵੀ ਪਾਣੀ ਵੰਡੇ ਜਾਂਦੇ ਨੁਕਸਾਨ ਪੰਜਾਬ ਚੱਲਦਾ ਫਿਰ ਆ ਹੁਣ ਸੁੱਬੇ ਵੰ ਉਹਨਾਂ ਦਾ ਉਹਨਾਂ ਕੋਲ ਸਾਡੇ ਵਾਲੇ ਚੋਂ ਕਹਿੰਦੇ ਸਾਨੂੰ ਹਿੱਸਾ ਚਾਹੀਦਾ ਤੇ ਫਿਰ ਉਹਦੇ ਵਿੱਚੋਂ ਉਹਦਾ ਨਾ ਕੋਈ ਮੁਆਵਜ਼ਾ ਨਾ ਕੋਈ ਉਹਦੀ ਪਰਪਾਈ ਤੇ ਫਿਰ ਹੁਣ ਇੱਕ ਐਸਵਾਈਐਲ ਨੇ ਹੋਰ ਕੱਢਣ ਦੀ ਕੋਸ਼ਿਸ਼ ਹੋ ਗਈ ਉਹ ਸਾਰੇ ਮਸਲੇ ਜਿਉਂ ਦੇ ਤੀਰੇ ਸਰਕਾਰਾਂ ਬਦਲਦੀਆਂ ਰਹੀਆਂ ਦੋਈ ਸੂਬਿਆਂ ਚ ਪਰ ਮਸਲੇ ਹੱਲ ਨਹੀਂ ਹੋਏ ਤੇ ਹੁਣ ਨਵੇਂ ਰਾਸਵਾ ਮੈਂਬਰ ਧਰਤੀ ਹੇਠਲੇ ਪਾਣੀ ਦੀ ਗੱਲ ਕਰਦੇ ਨੇ ਪਰ ਆ ਬੰਡ ਵਾਲੇ ਪਾਣੀ ਦੀ ਗੱਲ ਨਹੀਂ ਕਰਦੇ ਕੀ ਇਹ ਮਾਮਲਾ ਕਦੇ ਨਿਬੜੂਗਾ ਚਾਹੇ ਇਸੇ ਤਰ੍ਹਾਂ ਲੋਕਾਂ ਦੇ ਵੀ ਵੋਟਾਂ ਦਾ ਮੁੱਦਾ ਬਣਦਾ ਰਹੂਗਾ ਅਸਲ ਦੇ ਵਿੱਚ ਪਾਣੀ ਸਭ ਤੋਂ ਮਤਲਬ ਕੀਮਤੀ ਚੀਜ਼ ਹੈ ਸਭ ਤੋਂ ਮਤਲਬ ਮਤਲਬ ਕੀਮਤ ਕੋਈ ਨਹੀਂ ਜ਼ਿੰਦਗੀ ਲਈ ਸਭ ਤੋਂ ਜ਼ਿੰਦਗੀ ਇਹੀ ਹੈ ਇਸੇ ਲਈ ਕਿਹਾ ਜਾਂਦਾ ਹੈ ਪਹਿਲਾ ਪਾਣੀ ਜੀਵ ਹੈ ਜਿਤ ਸਾਰੇ ਉਹ ਸਭ ਕੋ ਉਹਦਾ ਕਾਰਨ ਇਹ ਹੈ ਕਿ ਜਿਹੜੀ ਚੀਜ਼ ਜੀਵਨ ਹੈ ਤਾਂ ਆਟੋਮੈਟਿਕਲੀ ਉਹਦੇ ਪ੍ਰਤੀ ਖਿੱਚ ਜਾਂ ਉਹਦੇ ਪ੍ਰਤੀ ਸਮਝ ਵੀ ਵਧਣੀ ਚਾਹੀਦੀ ਹੈ ਹਮੇਸ਼ਾ ਪੰਜਾਬ ਦੇ ਵਿੱਚ ਤਾਂ ਇੱਕ ਲੰਮਾ ਸਮਾਂ ਸਮਝ ਇਹ ਰਹੀ ਕਿਉਂਕਿ ਸਾਨੂੰ ਅੰਮਣ ਬੱਤਾ ਪਾਣੀ ਮਿਲਿਆ ਸੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਅਸੀਂ ਕਦੇ ਸੋਚਿਆ ਹੀ ਨਹੀਂ ਸੀ ਲੰਮਾ ਸਮਾਂ ਕਿ ਪਾਣੀ ਵੀ ਕੋਈ ਉਹ ਕਹਿੰਦੇ ਵੀ ਅਮੁੱਖ ਵੀ ਹੈ ਇਹ ਕੋਈ ਸੀਮਾ ਨਹੀਂ ਹੈ ਜਿੰਨਾ ਮਰਜੀ ਵਰਤੋ ਜੋ ਮਰਜੀ ਕਰੋ ਬਸ ਇਸੇ ਕਰਕੇ ਕਹਿੰਦੇ ਗੰਭੀਰਤਾ ਨਹੀਂ ਸੀ ਆਈ ਪਰ ਪੰਜਾਬੀ ਪਿਛਲੇ 50 60 ਸਾਲ ਤੋਂ ਹੀ ਗੰਭੀਰ ਹੋਣਾ ਸ਼ੁਰੂ ਹੋਇਆ ਥੋੜਾ ਜਿਹਾ ਕਿ ਨਹੀਂ ਇਹ ਕੰਮ ਗੜਬੜਾ ਹੈ ਜਿੰਨਾ ਜਿੰਨਾ ਮਾਮਲਾ ਹੋ ਰਿਹਾ ਇਸ ਕਰਕੇ ਤੁਸੀਂ ਦੇਖੋ ਕਿ ਕੁਝ ਤਾਂ ਪਾਲਿਸੀਜ਼ ਹੁੰਦੀਆਂ ਨੇ ਜਿਨੇ ਸਾਨੂੰ ਉਧਰ ਤੱਕ ਤਾਂ ਪਾਣੀ ਦੀ ਦੁਰਵਰਤੋਂ ਜਾਂ ਮਿਸਯੂਜ਼ ਕਰਨ ਦੀ ਦੇਸ਼ ਨੂੰ ਲੋੜ ਸੀ ਮਤਲਬ ਅਨਾਜ ਦੀ ਉਹਨੇ ਕੜਕ ਛੋਣੇ ਦੇ ਚੱਕਰ ਚ ਗਾਰੰਟੀ ਦੇ ਕੇ ਖਰੀਦ ਦੀ ਵੀ ਗਾਰੰਟੀ ਬਾਕੀ ਸਭ ਚੀਜ਼ ਦੀ ਵੀ ਮੰਡੀ ਦੀ ਗਾਰੰਟੀ ਔਰ ਸਾਨੂੰ ਝੋਨੇ ਤੇ ਕਣਕ ਦੇ ਫਸਲੀ ਚੱਕਰ ਚ ਪਾਤਾ ਉਹ ਫਸਲੀ ਚੱਕਰ ਦਾ ਮਤਲਬ ਹੈ ਕਿ ਅਸੀਂ ਚੌਲ ਨਹੀਂ ਦਿੱਤਾ ਪਾਣੀ ਦਿੱਤਾ ਹੈ ਨਾ ਤੇ 1 ਕਿਲੋ ਚੌਲ ਪੈਦਾ ਕਰਨ ਤੇ 5000 ਲੀਟਰ ਪਾਣੀ ਲੱਗਦਾ ਜਦੋਂ 5000 ਲੀਟਰ ਪਾਣੀ ਨਾਲ ਗੁਣਾ ਕਰੋ ਤਾਂ ਉਹ ਕੁਮੇਦਾਨ ਸਾਹਿਬ ਨੇ ਇੱਕ ਵਾਰ ਜੋੜਿਆ ਸੀ ਕਿ 80000 ਕਰੋੜ ਰੁਪਏ ਦਾ ਤਾਂ ਅਸੀਂ ਕੱਲਾ ਇਹ ਐ ਪਾਣੀ ਦਿੱਤਾ ਮਤਲਬ ਜਿਹੜਾ ਕੱਲਾ ਚੌਲ ਦੇ ਰੂਪ ਚ ਜਾਂ ਬਾਕੀ ਜਿਹੜਾ ਅੰਡਰਗਰਾਉਂਡ 13 14 ਲੱਖ ਟਿਊਬਵੈਲ ਲਾ ਕੇ ਉਹ ਹੇਠਲੇ ਪਾਣੀ ਦੀ ਗੱਲ ਹੈ ਔਰ ਦੂਜੀ ਗੱਲ ਇਹ ਹੈ ਕਿ ਫਿਰ ਸਾਡੇ ਪਾਣੀਆਂ ਦਾ ਪੋਲੂਸ਼ਨ ਦਾ ਵੀ ਸਵਾਲ ਹੈ ਕਿ ਪਾਣੀ ਹੌਲੀ-ਹੌਲੀ ਫਿਰ ਅਸੀਂ ਡਰੇਨਾਂ ਦਾ ਪਹਿਲਾਂ ਤਾਂ ਬਹੁਤ ਜ਼ਿਆਦਾ ਪਾਣੀ ਸੀ ਪੋਲੂਸ਼ਨ ਘੱਟ ਸੀਗਾ ਹੁਣ ਜਦੋਂ ਦਰਖਤ ਵੀ ਘਟ ਗਏ ਪਾਣੀ ਦਾ ਫਲੋ ਵੀ ਘਟ ਗਿਆ ਸਭ ਚੀਜ਼ਾਂ ਘਟ ਗਿਆ ਇੰਡਸਟਰੀ ਦਾ ਸੀ ਅਸੀਂ ਸੀਵਰੇਜ ਮਿਸਯੂਜ਼ ਕਰਨ ਲੱਗ ਗਏ ਉਹਦਾ ਕੋਈ ਅਸੀਂ ਟ੍ਰੀਟਮੈਂਟ ਪਲਾਂਟ ਵੀ ਬਾਕੀ ਨਹੀਂ ਲਾਉਂਦੇ ਤੇ ਮਿਊਨਿਸਪਲ ਵੇਸਟ ਵੀ ਇਹਨਾਂ ਨਦੀਆਂ ਦਰਿਆਵਾਂ ਡਰੇਨਾਂ ਦੇ ਵਿੱਚ ਹੀ ਜਾ ਰਿਹਾ ਉਹਦੇ ਨਾਲ ਹੁਣ ਸਾਨੂੰ ਲੱਗਣ ਲੱਗ ਗਿਆ ਕਿ ਇਹ ਬਹੁਤ ਖਤਰਨਾਕ ਮਾਹੌਲ ਬਣ ਗਿਆ ਪੋਲੂਸ਼ਨ ਵੀ ਹੋ ਗਿਆ ਤੀਜਾ ਵੱਡਾ ਸਵਾਲ ਫਿਰ ਇਹ ਹੋ ਗਿਆ ਕਿ ਜਿਹੜਾ ਪਾਣੀ ਸਾਡੇ ਕੋਲ ਹੈ ਧਰਤੀ ਦੇ ਹੇਠਲਾ ਤੇ ਧਰਤੀ ਦੇ ਉੱਪਰਲਾ ਹੂੰ ਉਹਦੀ ਸਾਡੇ ਸਬਧਾਨਕ ਪੋਜੀਸ਼ਨ ਕੀ ਹੈ ਦੁਨੀਆ ਕਿਸ ਤਰੀਕੇ ਨਾਲ ਉਹਨੂੰ ਦੇਖਦੀ ਹੈ ਜੇ ਵੰਡ ਦਾ ਗੱਲ ਵੀ ਹੋਏ ਤਾਂ ਵੰਡ ਦਾ ਰੌਲਾ ਨਹੀਂ ਪੈਂਦਾ ਔਰ ਇਹਦੇ ਲਈ ਇਹ ਕਿਹਾ ਜਾਂਦਾ ਜਿਹੜੇ ਪਾਲ ਸਿੰਘ ਢਿੱਲੋਂ ਕਾਫੀ ਮਾਰ ਸਾਡੇ ਸੀਗੇ ਜਿਨ੍ਹਾਂ ਨੇ ਇਹਦੇ ਤੇ ਬਹੁਤ ਵੱਡਾ ਕੰਮ ਵੀ ਕੀਤਾ ਮਤਲਬ ਅੰਤਰਰਾਸ਼ਟਰੀ ਨੋਨ ਕੰਮ ਹੈ ਟੇਲ ਆਫ ਟੂਰ ਵੀਰ ਜੁਨਾ ਦੀ ਕਿਤਾਬ ਹੂੰ ਉਹ ਕਹਿੰਦੇ ਨੇ ਪਾਣੀ ਜਿਹੜਾ ਵਗਦਾ ਪਾਣੀ ਹੈ ਇਹ ਵੰਡਣਯੋਗ ਅਸਾਸ਼ਾ ਨਹੀਂ ਹੈ ਹੂੰ ਉਹਦਾ ਕਾਰਨ ਇਹ ਕਿ ਪਾਣੀ ਮਿੱਟੀ ਨਾਲ ਜੁੜਿਆ ਹੋਇਆ ਹੈ ਜੀ ਜਿਵੇਂ ਪਹਾੜੀ ਢਿੱਡਲਾ ਪਾਣੀ ਉਸੇ ਦਾ ਉਸੇ ਸਟੇਟ ਦਾ ਜਿਹਦੇ ਤੋਂ ਢਿੱਡਾ ਹੈ ਜੇ ਢਿੱਡਾਏਗਾ ਉਹ ਕਰ ਲੂ ਨਹੀਂ ਤਾਂ ਨਾ ਸਹੀ ਉਵੇਂ ਵਗਦਾ ਪਾਣੀ ਵੀ ਉਹ ਕਹਿੰਦੇ ਵੀ ਜਿਹੜੀ ਮਿੱਟੀ ਤੇ ਦੀ ਹੋ ਜਾਂਦਾ ਮਿੱਟੀ ਦੀ ਵੰਡ ਹੈ ਤੇ ਉਹਦੇ ਨਾਲ ਜੁੜਿਆ ਪਾਣੀ ਆਪਣੇ ਆਪ ਆ ਜਾਂਦਾ ਹਮ ਇਹਦੇ ਚ ਇਹਨੂੰ ਇਹ ਰਿਪੇਰੀਅਨ ਪ੍ਰਿੰਸਿਪਲ ਸਿਧਾਂਤ ਕਹਿੰਦੇ ਨੇ ਇਹਨੂੰ ਹੀ ਸੰਵਧਾਨ ਦੇ ਜਿਹੜਾ ਕਹਿੰਦਾ ਕਿ ਜਿਹੜੇ ਕੰਡਿਆਂ ਦੇ ਕਿਨਾਰੇ ਬਸਦੇ ਨੇ ਉਹਨਾਂ ਦਾ ਹੱਕ ਹਾਂ ਜਿਹੜੇ ਵੀ ਨੇ ਜਿੱਥੇ ਜਿੱਥੇ ਉਹ ਪਾਣੀ ਜਾਂਦਾ ਜਿੱਥੋਂ ਚੱਲਦਾ ਜਿੱਥੇ ਜਾ ਕੇ ਡਿੱਗਦਾ ਉਹਦੇ ਰਸਤੇ 'ਚ ਜਿੱਦੇ ਜਿੱਦੇ ਏਰੀਆ ਆਊਗਾ ਏਰੀਆ ਆਊਗਾ ਜਿੱਥੇ ਉਹ ਉਹਦਾ مالک ਮਤਲਬ ਮੰਨਿਆ ਜਾਂਦਾ ਔਰ ਇਹ ਜਿਹੜਾ ਆਪਣੇ ਆਪ ਜਾਂਦਾ ਜਿਹੜਾ ਆਪਣੇ ਰਾਜ ਜੇ ਉਹਦੀ ਨਹਿਰ ਕੱਢ ਕੇ ਖਾਉਂਗੇ ਇੱਧਰ ਉਹ ਬੇਸਨ ਹੁੰਦਾ ਮਤਲਬ ਜਿਹਨੂੰ ਕਹਿੰਦੇ ਆਪਾਂ ਇੱਕ ਸਿਸਟਮ ਜਿਹਦੇ ਤੋਂ ਬਲਕੇ ਜਿਹਦੀ ਮਿੱਟੀ ਨਾਲ ਉਹ ਮੈਦਾਨ ਬਣੇ ਹੁੰਦੇ ਨੇ ਬਸ ਗੱਲ ਇਹ ਵੀ ਹੈ ਕਿ ਔਰ ਹੁਣ ਉਹਦੇ ਚ ਸਾਡੇ ਕੋਲ ਇਹ ਰਿਹਾ ਕਿ ਪੰਜਾਬ ਸ਼ੁਰੂ ਤੋਂ ਹੀ ਇੱਕ ਅਲੱਗ ਤਰ੍ਹਾਂ ਤੁਸੀਂ ਦੇਖੋ ਅੰਗਰੇਜ਼ ਰਿਹਾ ਇੱਥੇ ਹੂੰ ਈਵਨ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਆ ਗਿਆ ਅੰਗਰੇਜ਼ ਨੇ ਪੰਜਾਬ ਦੇ ਪਾਣੀ ਦੀ ਮਾਲਕੀ ਦਾ ਹੱਕ ਨਹੀਂ DNAਇਕੇ ਤਾਂ ਉਹਨੇ ਮਾਲਕੀ ਦਾ ਹੱਕ ਬਰਕਰਾਰ ਰੱਖਿਆ ਜਦੋਂ ਪਟਿਆਲਾ ਜੀਨ ਤੇ ਨਾਭਾ ਰਿਆਸਤ ਨੂੰ ਪਾਣੀ ਚਾਹੀਦਾ ਸੀ ਪੈਪਸੋ ਨੂੰ ਇੱਕ ਟਾਈਪ ਦਾ ਆਪਾ ਕਹਿ ਰਹੇ ਹਾਂ ਪਟਿਆਲਾ ਦੀ ਉਸਾਰਨੀ ਉਦੋਂ ਵੀ ਉਹਨੇ ਪਾਣੀ ਦਾ ਦਿੱਤਾ ਪਰ ਐਗਰੀਮੈਂਟ ਕਰਕੇ ਦਿੱਤਾ ਕਿ ਇਹਦੇ ਬ੍ਰਿਟਸ ਪੰਜਾਬ ਨੂੰ ਰਾਇਲਟੀ ਦੇਣੀ ਪੈਗੀ ਇਸੇ ਤਰ੍ਹਾਂ ਬਿਕਾਨੇਰ ਕਨਾਲ ਹੈ ਬਿਕਾਨੇਰ ਨੂੰ ਪਾਣੀ ਦਿੱਤਾ ਪਰ ਉਹਨੂੰ ਉਹਦੇ ਵਿੱਚ ਵੀ ਇਹ ਦਰਜ ਕੀਤਾ ਕੋ ਲਾਜ ਲਿਖੀ ਕਿ ਤੁਹਾਨੂੰ ਇੰਨਾ ਇਹਦਾ ਚਾਰਜ ਦੇਣਾ ਪਏਗਾ ਰਾਇਲਟੀ ਦੇਣੀ ਪਏਗੀ ਇਹ ਤਾਂ ਆ ਕੇ ਹੌਲੀ-ਹੌਲੀ ਜਦੋਂ ਅਸੀਂ ਸੋਬਕਾਰ ਮਤਲਬ ਆਜ਼ਾਦ ਹੋਏ ਸਾਨੂੰ ਲੱਗਿਆ ਕਿ ਅਸੀਂ ਹੁਣ ਆਜ਼ਾਦ ਹੋ ਗਏ ਹੁਣ ਬ੍ਰਿਟਿਸ਼ ਨਹੀਂ ਹੈ ਤਾਂ ਉਦੋਂ ਬਾਅਦ ਜਿਹੜੇ ਪਾਣੀਆਂ ਦੀ ਵੰਡ ਇਸ ਤਰੀਕੇ ਦੇ ਨਾਲ ਹੋ ਗਈ ਉਹਦੇ ਨਾਲ ਉਹਨੇ ਨਾ ਸੰਵਿਧਾਨ ਦੀ ਗੱਲ ਪੂਰੀ ਤਰ੍ਹਾਂ ਦੇਖੀ ਨਾ ਰਪੇਰੀਅਨ ਸਿਧਾਂਤ ਦੀ ਗੱਲ ਪੂਰੀ ਤਰ੍ਹਾਂ ਦੇਖੀ ਔਰ ਪਹਿਲਾਂ ਹੀ ਅਸੀਂ ਇੱਕ ਤਾਂ ਸਾਨੂੰ ਕਿਹਾ ਗਿਆ ਸੀ ਕਿ ਫਟਾਫਟ ਹੁਣ 10 2 1960 ਤੱਕ ਕਿ ਕਿੰਨਾ ਪਾਣੀ ਕਿੱਥੇ ਵਰਤੋਂਦਾ ਉਹ ਬਹੁਤਾ ਤੁਸੀਂ ਮਤਲਬ 80 ਲੱਖ ਏਕੜ ਫੁੱਟ ਪਾਣੀ ਤੁਸੀਂ ਰਾਜਸਥਾਨ ਨੂੰ ਕਹਤਾ ਵੀ ਉੱਥੇ ਵਰਤਿਆ ਜਾ ਰਿਹਾ ਜੀ। ਹਮਮ ਔਰ ਜਬ ਬਰਤਨ ਦੀ ਸਾਡੀ ਪਲਾਨ ਹੈ ਜਾਂ ਇਹਦੇ ਚ ਅਸੀਂ ਵਰਤਣਾ ਹੈ। ਤੇ ਬਾਕੀ ਦਾ ਪਾਣੀ ਫਿਰ ਤੁਸੀਂ ਪੁਰਾਣਾ ਪੰਜਾਬ ਜਦੋਂ ਉਹ ਉਦੋਂ ਹਰਿਆਣਾ ਵੀ ਇਕੱਠਾ ਸੀ ਤੇ ਉਹਨੂੰ ਤੁਸੀਂ ਕਰਨ ਲੱਗ ਗਿਆ। ਤੇ ਇਸ ਕਰਕੇ ਇਹ ਜਿਹੜਾ ਦੌਰ ਇਹ ਝਗੜਾ ਜਿਹੜਾ ਉਦੋਂ ਤੋਂ ਸ਼ੁਰੂ ਹੋ ਗਿਆ 1955 ਦੀ ਮੀਟਿੰਗ ਤੋਂ ਗੁਲਜਾਰੀ ਰਣ ਲੰਦਾ ਦੀ ਅਗਵਾਈ ਚ ਇੱਕ ਮੀਟਿੰਗ ਹੋਈ 29 ਜਨਵਰੀ 1955। ਉਦੋਂ 12 13 ਪੁਆਇੰਟ ਲਿਖਦੇ ਉਹਦੇ ਮਿੰਟਸ ਆਫ ਮੀਟਿੰਗ ਮਿਲਦੇ ਨੇ ਬਾਕੀ ਕੁਝ ਨਹੀਂ ਮਿਲਦਾ ਠੀਕ ਹੈ ਜੀ ਤੇ ਉਦੋਂ ਇਹ ਕਹਿੰਦਾ ਵੀ ਚਲੋ ਆ ਜਿਹੜਾ ਪਾਣੀ ਦੀ ਕੀਮਤ ਹੋਊ ਮੈਂ ਤਾਂ ਬਾਅਦ ਚ ਦੇਖਾਂਗੇ ਉਹ ਬਾਅਦ ਅੱਜ ਤੱਕ ਆਈ ਹੋ ਨਹੀਂ ਵਾਹ 1955 ਤੋਂ ਬਾਅਦ ਉਹ ਕਹਿੰਦੇ ਇਹ ਅਜੇ ਵੰਡ ਦਾ ਸਵਾਲ ਹੈ ਕੀਮਤ ਲਾਗਤ ਬਾਅਦ ਚ ਦੇਖਾਂਗੇ ਹਾਂ ਉਦੋਂ ਤੋਂ ਲੈ ਕੇ ਅੱਜ ਤੱਕ ਪੰਜਾਬ ਇਹ ਲੜਾਈ ਲੜ ਰਿਹਾ ਕਿ ਪਾਣੀ ਦਾ ਹੱਕ تسلیم ਕਰੋ ਕਿ ਕੀ ਦੇ ਇਹਦੇ ਇਹ ਡਿਸਾਈਡ ਕਰੋ ਪਹਿਲਾਂ ਫਿਰ ਉਹ ਲੜਾਈ ਜਦੋਂ ਤੋਂ ਚੱਲਦੀ ਸੀ ਐਮਰਜੈਂਸੀ ਲੱਗੀ ਇੰਦਰਾ ਗਾਂਧੀ ਨੇ ਚਾਕੇ ਪੰਜਾਬ ਪੁਨਰਗਠਨ ਐਕਟ ਜਿਹਨੇ ਪੰਗਾ ਪਾਇਆ ਹੋਇਆ ਪੰਜਾਬੀ ਭਾਸ਼ਾ ਦਾ ਵੀ ਸਿੰਡੀਗੜ ਦਾ ਵੀ ਹੈਡਵਰਕਸ ਤੇ ਕੰਟਰੋਲ ਦਾ ਵੀ ਪਾਣੀਆਂ ਦੀ ਵੰਡ ਦਾ ਵੀ ਉਹਨੂੰ ਉਹਦੀ 78 ਵਰਤ ਤੱਕੇ ਪਾਣੀਆਂ ਦੀ ਵੰਡ ਕਰਤੀ ਤੇ ਜਿਹੜੀ ਕਿ ਪੰਜਾਬ ਇਹ ਕਹਿ ਰਿਹਾ ਮਾਨ ਪਾਣੀਆਂ ਦੀ ਵੰਡ ਦੀ ਜੜ ਤਾਂ ਵੀ ਇੰਦਰਾ ਹੀ ਹੋਈ ਹਾਂ 1966 ਦਾ ਪੁਨਰਗਠਨ ਐਕਟ ਜਿਹੜਾ ਪਾਰਲੀਮੈਂਟ ਚ ਇਹਨਾਂ ਨੇ ਬਣਾ ਕੇ ਜਦੋਂ ਸਟੇਟਾਂ ਬਣਾਈਆਂ ਉਹਦੇ ਚ ਜਿਹੜੀ ਹਰਿਆਣੇ ਨਾਲ ਪਾਣੀ ਦੀ ਵੰਡ ਹੈ ਹਾਂ ਉਹ ਦਾ ਮਤਲਬ ਮੇਨ ਉਹ ਬਣਾਤਾ ਔਰ ਨਹੀਂ ਤਾਂ ਕੇਂਦਰ ਸਰਕਾਰ ਜਾਂ ਕੋਈ ਅਦਾਲਤ ਜੀ ਪਾਣੀ ਚ ਦਖਲ ਨਹੀਂ ਦੇ ਸਕਦੀ ਉਹਦੇ ਤੇ ਇਹਨਾਂ ਨੇ 68 ਚ ਜਿਹੜਾ ਉਹ ਤੁਸੀਂ ਪੜੋ ਨਾ ਉਹ ਇੰਟਰਸਟਿੰਗ ਹੈ ਕਿ ਜਿਹੜਾ ਪੰਜਾਬ ਹਰਿਆਣਾ ਨੂੰ ਵੰਡ ਵੀ ਕੀਤੀ ਉਹਦੇ ਚ ਲਿਖਿਆ ਕੀ ਗਿਆ ਐ ਨਹੀਂ ਲਿਖਿਆ ਗਿਆ ਕਿ ਇਹਦੇ ਮਾਲਕੀ ਜਾਇਦੇ ਚ ਐ ਵੰਡਣਾ ਐ ਵੰਡਣਾ ਉਹ ਕਹਿੰਦੇ ਵੀ ਹਰਿਆਣਾ ਕਿਉਂਕਿ ਜਿਆਦਾ ਮਾਰੂ ਹੈ ਇਹਨੂੰ ਜਿਆਦਾ ਪਾਣੀ ਦੀ ਲੋੜ ਹੈ ਪੰਜਾਬ ਚ ਤਾਂ ਪਹਿਲਾਂ ਹੀ ਆਪਣੀ ਲੋੜ ਮੁਤਾਬਕ ਪਾਣੀ ਕਾਫੀ ਹੈ ਇਸ ਕਰਕੇ ਇਹਨੂੰ ਦੇ ਦਿੱਤਾ ਜਾਣਾ ਚਾਹੀਦਾ ਹੈ ਔਰ ਇਸ ਦਾ ਅਪਭਿਕ ਦੇ ਵਿੱਚ ਵੀ ਇਹਦੇ ਕੋਲ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੋਈ ਸਾਧਨ ਨਹੀਂ ਹੈ ਘੱਟ ਸਾਧਨ ਨੇ ਐਂ ਦੇ ਦਿਓ ਰੌਲਾ ਮਾਲ ਕੀ ਡਿਸਾਈਡ ਕਰਨੀ ਸੀ ਹਾਂ ਐਂ ਤਾਂ ਹੁਣ ਕਿਸੇ ਕੋਲ ਘੱਟ ਚੀਜ਼ ਜਾਣੇ ਹੋਰ ਹਾਂ ਤੇ ਉਹ ਘੱਟ ਚੀਜ਼ ਜਾਣਾ ਬਾਦੜੇ ਦਾ ਚੱਕੇ ਦੇ ਦੇਣੇ ਤੁਸੀਂ ਹੂੰ ਬਿਲਕੁਲ ਬਿਲਕੁਲ ਡਿਸੀਜਨ 78 ਸੈਕਸ਼ਨ ਨੂੰ ਤੇ ਮਤਲਬ ਇਸਤੇਮਾਲ ਕਰਕੇ ਕਿ ਜੇ ਦੋਨਾਂ ਰਾਜਾਂ 'ਚ ਕਿਸੇ ਵੀ ਮਾਮਲੇ ਦੇ ਉੱਤੇ ਸਹਿਮਤੀ ਨਹੀਂ ਬਣਦੀ ਤਾ ਜੇ ਇੱਕ ਸਟੇਟ ਗਵਰਨਮੈਂਟ ਆਫ ਇੰਡੀਆ ਕੋਲ ਚਲੀ ਜਾਂਦੇ ਤਾਂ ਉਹ ਆਪਣੇ ਆਪ ਫੈਸਲਾ ਕਰ ਦੋ। ਵਾਹ ਇਦਾਂ ਥੋੜਾ ਹੋਰ ਸੰਵਿਧਾਨ ਚ ਕਿਤੇ ਨਹੀਂ ਹੋਰ ਕਾਨੂੰਨ ਚ ਕਿਤੇ ਨਹੀਂ ਹੈਗਾ। ਔਰ ਉਹਨੂੰ ਜਦੋਂ ਚੈਲੰਜ ਕੀਤਾ ਪੰਜਾਬ ਨੇ ਉਦੋਂ ਬਾਅਦ ਉਹ ਇੱਕ ਹੋਰ ਸਮਝੌਤਾ ਕਰਾਤਾ ਤੁਸੀਂ 31 ਦਸੰਬਰ 1981 ਨੂੰ ਔਰ ਕਿਹਾ ਜਾਂਦਾ ਕਿ ਗਨ ਪੁਆਇੰਟ ਤੇ ਪੰਜਾਬ ਦੇ ਚੀਫ ਮਿਨਿਸਟਰ ਦਰਬਾਰਾ ਸਿੰਘ ਤੋਂ ਇਹ ਤਾਂ ਫੈਕਟ ਨੇ ਖਬਰਾਂ ਛਪੀਆਂ ਤੇ ਸਾਰੀਆਂ ਚੀਜ਼ਾਂ ਬਿਲਕੁਲ ਬਿਲਕੁਲ ਕਿ ਤੁਸੀਂ ਉਹ ਉੱਥੋਂ ਵੈਦਰਾ ਕਰਾਤਾ ਫਿਰ ਜੇ ਕੋਰਟ ਤੇ ਤੁਹਾਨੂੰ ਯਕੀਨ ਸੀ ਕੋਰਟ ਨੂੰ ਫੈਸਲਾ ਕਰ ਲੈਣ ਦੇ ਦੇ ਉਦੋਂ ਤਾਂ ਕੋਰਟ ਤੋਂ ਇਹ ਪੁੱਛਿਆ ਜਾਂਦਾ ਸੀ ਨਾ ਵੀ ਮਾਲਕੀ ਕਿ ਹੁਣ ਮਾਲਕੀ ਵਾਲਾ ਸਵਾਲ ਹੀ ਨਹੀਂ ਜਾਂਦਾ ਹਾਂ ਹੁਣ ਉਹ ਕਹਿੰਦੇ ਨੇ ਪੰਜਾਬ ਨੇ ਗੈਰ ਸੰਵਧਾਨਕ ਕੰਮ ਕੀਤਾ ਐ ਐਸਵਾਈਐਲ ਨਹੀਂ ਕੱਢੀ ਕੱਢੀ ਐ ਜੇ ਉਹ ਉਹ ਜਿਹੜਾ ਬੁਨਿਆਦੀ ਮੁੱਦਾ ਆ ਉਹ ਰੋਣੇ ਰੋਣ ਗਿਆ ਔਰ ਈਵਨ ਸਾਡੀਆਂ ਪਾਰਟੀਆਂ ਦੀ ਵੀ ਬਬਲਿੰਗ ਆ ਜੀ ਤਿੰਨ ਇਹ ਜਿਹੇ ਇੰਸਟਾ ਸਾਇ ਨੇ ਹਮ ਜਿਹਦੇ ਤੇ ਅਸੀਂ ਬਹੁਤ ਵੱਡੀ ਕਮਜ਼ੋਰੀ ਦਿਖਾਈ ਬਿਲਕੁਲ ਸਭ ਤੋਂ ਪਹਿਲਾਂ ਜਿਹੜਾ ਮੰਨਿਆ ਗਿਆ ਉਹ ਦਰਬਾਰਾ ਸਿੰਘ ਦਾ ਉੱਥੇ ਸਮਝੌਤੇ ਤੇ ਦਸਖਤ ਕਰਨਾ ਹਮ ਹਾਲਾਂਕਿ ਉਹ ਵੀ ਇਸ ਕਰਕੇ ਰੱਦ ਹੋ ਜਾਂਦਾ ਹੈ ਬਹੁਤੀ ਵਾਰ ਕਿ ਨਾ ਉਹਨੇ ਆ ਕੇ ਮੰਤਰੀ ਮੰਡਲ ਚ ਅਪਰੂਵ ਕਰਾਇਆ ਨਾ ਉਹਨੇ ਵਿਧਾਨ ਸਭਾ ਚ ਅਪਰੂਵ ਕਰਾਇਆ ਉਹ ਸਮਝੌਤਾ ਤੁਸੀਂ ਐ ਕਿਵੇਂ ਕਰ ਸਕਦੇ ਤੇ ਦੂਜੀ ਗੱਲ ਰਜੀਵ ਲੌਂਗਵਾਨ ਦਾ ਸਮਝੌਤਾ ਜਿਹਦੇ ਤੁਸੀਂ ਮੰਨ ਗਏ ਕਿ ਜਿੰਨਾ ਪਾਣੀ 1 ਜੁਲਾਈ 1985 ਨੂੰ ਜਾਂਦਾ ਕਿਸੇ ਵੀ ਸਟੇਟ ਨੂੰ ਜਾਂਦਾ ਨਾ ਤੇ ਉਸ ਤੋਂ ਬਾਅਦ ਵਾਧੂ ਪਾਣੀ ਅਸੀਂ ਉਹ ਕਰਾਂਗੇ ਔਰ ਉੱਤੇ ਤੁਸੀਂ ਟ੍ਰਿਬਿਊਨਲ ਮੰਗ ਲਿਆ ਟ੍ਰਿਬਿਊਨਲ ਕੇਵਲ ਤੇ ਕੇਵਲ ਜਿਹੜੇ ਰਿਪੇਰੀਅਨ ਰਾਜ ਨੇ ਉਹਨਾਂ ਦੇ ਪਾਣੀਆਂ ਦੀ ਵੰਡ ਤੇ ਰੌਲੇ ਤੇ ਹੀ ਵੜ ਸਕਦਾ ਹੂੰ ਜਿਹੜੇ ਅੰਤਰਰਾਜੀ ਰਾਜ ਨੇ ਸਾਡੇ ਕਿਉਂਕਿ ਸਟੈਂਡ ਸੀ ਕਿ ਰਿਪੇਰੀਅਨ ਹੈ ਹੀ ਨਹੀਂ ਹਰਿਆਣਾ ਤੇ ਰਾਜਸਥਾਨ ਇਸ ਲਈ ਉਹ ਤੇ ਟ੍ਰਿਬਿਊਨਲ ਜੇ ਉਹ ਟ੍ਰਿਬਿਊਨਲ 1986 ਤੱਕ ਨਹੀਂ ਬਣਿਆ ਹੂੰ ਪਰ ਝਗੜਾ ਤਾਂ ਪਹਿਲਾਂ ਹੁੰਦਾ ਜੇ ਵੜ ਸਕਦਾ ਹੁੰਦਾ ਤਾਂ ਪਹਿਲਾਂ ਹੀ ਕੇਂਦਰ ਟ੍ਰਿਬਿਊਨਲ ਬਣਾ ਦਿੰਦਾ ਇਹਦਾ ਮਤਲਬ ਨਹੀਂ ਸੀ ਵੜ ਸਕਦਾ ਉਸ ਨਾਲ ਅਸੀਂ ਹੱਥ ਵਡਾ ਲਏ ਅਰਜੀਵ ਲੰਗੜ ਸਮਝੌਤੇ ਨਾਲ ਟ੍ਰਿਬਿਊਨਲ ਬਣਾ ਕੇ ਤੀਜੀ ਗੱਲ ਉਹਦੇ ਚਾਹੀ ਕੈਪਟਨ ਮਰਿੰਦਰ ਸਿੰਘ ਨੇ 2004 ਦਾ ਜਿਹੜਾ ਕਾਨੂੰਨ ਬਣਾਇਆ ਉਹ ਚ ਪਾਣੀਆਂ ਦੇ ਹੀਰੋ ਬਣੇ ਤਾਂ ਕੀਤਾ ਕੁਝ ਹੋਰ ਉਹ ਚ ਧਾਰਾ 5 ਜਿਹੜੀ ਹੈ ਉਹ ਚ ਵੀ ਇਹ ਕਹਿੰਦਾ ਵੀ ਅੱਜ ਤੱਕ ਜਿਹੜਾ ਪਾਣੀ ਜਾਂਦਾ ਸਾਰਾ ਜਾਂਦਾ ਰਹੂਗਾ ਪੰਜਾਬ ਦੀ ਤਰਫੋਂ ਪੰਜਾਬ ਦੀ ਵਿਧਾਨ ਸਭਾ ਦੀ ਤਰਫੋਂ ਹਾਂ ਉਹ ਪਹਿਲੀ ਵਾਰ ਇੱਕ ਹੱਕ ਤੁਸੀਂ ਛੱਡਦਾ ਸੌਂਡਰ ਕਰਦਾ ਮਤਲਬ ਕਿਸੇ ਵੀ ਰੂਪ ਚ ਹਾਲਾਤ ਤੱਕ ਐਦੋਂ ਪਹਿਲਾਂ ਸੀ ਕਿੰਨੇ ੱਧਕਾ ਹੈ ਹਾਂ ਪੰਜਾਬ ਨਹੀਂ ਬਣ ਰਿਹਾ ਤੇ ਜਦ ਪੰਜਾਬ ਹੀ ਬਣ ਗਿਆ ਜਿੰਨਾ ਜਾਂਦਾ ਤਾਂ ਫਿਰ ਪੰਜਾਬ ਪਰ ਉਹ ਵੀ ਕਾਰਨ ਕੀ ਹੈ ਹੁਣ ਹੁਣ ਉਹ ਜਿਹੜੀ ਸਥਿਤੀ ਸਾਡੇ ਸਾਹਮਣੇ ਹੈ ਜੀ ਉਹ 2004 ਵੀ ਰੱਦ ਕਰਤਾ ਸੁਪਰੀਮ ਕੋਰਟ ਨੇ ਹੂੰ ਠੀਕ ਹੈ ਰਜੀਵ ਲੌਂਗ ਵਾਲਾ ਸਮਝੌਤਾ ਵੀ ਲਾਗੂ ਨਹੀਂ ਕੀਤਾ ਕਿਸੇ ਵੀ ਰੂਪ ਚ ਬਾਕੀ ਚੀਜ਼ਾਂ ਬਿਲਕੁਲ ਤੇ ਦਰਬਾਰਾ ਸਿੰਘ ਵਾਲੀਆਂ ਜਿਹੜਾ ਉਹ ਸਾਰਾ ਮਾਮਲਾ ਦੇ ਵਿੱਚ ਸੀ ਉਹ ਕਿਤੇ ਨਹੀਂ ਆਇਆ ਅੱਜ ਵੀ ਜੇ ਅਸੀਂ ਦੇਖੀਏ ਟੈਕਨੀਕਲੀ ਨਹੀਂ ਪੰਜਾਬ ਦੇ ਮਾਮਲੇ ਦੇ ਵਿੱਚ ਤਾਂ ਪੰਜਾਬ ਉਸੇ ਹੱਕ ਤੇ ਖੜ ਸਕਦਾ ਹੈ ਅੱਪ ਤੇ ਫਿਰ ਜਦੋਂ ਉਹ ਐਸਪੀ ਵਾਲਾ ਮੁੱਦਾ ਹਮੀਰਪਾ ਜੀ ਕੋਰਟ ਦੇ ਵਿੱਚ ਹੈ ਤੇ ਉੱਥੇ ਸੁਪਰੀਮ ਕੋਰਟ ਹਦਾਇਤ ਦਿੰਦੀ ਆ ਕਿ ਸੂਬਿਆਂ ਨੂੰ ਬਿਠਾ ਕੇ ਨਿਬੇੜ ਲਓ ਜੀ ਦਿੱਲੀ ਨੂੰ ਵਿੱਚ ਪਾ ਲਓ ਜੀ ਤੇ ਇਸ ਮਸਲੇ ਤੇ ਕਿਉਂ ਨਹੀਂ ਹੁਣ ਕੋਈ ਪੈਰ ਵੀ ਆਹ ਮਾੜੀ ਮਾੜੀ ਗੱਲ ਤੇ ਪਹੁੰਚ ਜਾਂਦੇ ਨੇ ਕੋਟ ਕਚਰੀਆਂ ਚ ਫਿਰ ਮਲਕੀਅਤ ਵਾਲੇ ਮਾਮਲੇ ਅੱਜੇ ਵੀ ਪੈਂਡਿੰਗ ਹੈ ਪੰਜਾਬ ਦਾ ਕੇਸ ਜੋ 778988 ਇਹ ਹੁਣ ਕੋਰਟਾਂ ਦਾ ਸਵਾਲ ਹੈ ਕੀ ਮੰਨ ਹੈ ਜਾਂ ਗਵਰਨਮੈਂਟ ਆਫ ਇੰਡੀਆ ਦਾ ਜਾਂ ਬਾਕੀ ਦਾ ਜੇ ਸੁਲਝਾਉਣਾ ਚਾਹ ਹਣਾ ਕਿ ਆ ਬੁਨਿਆਦੀ ਕਪੀਟਿਸ਼ਨ ਪਈ ਹੋਈ ਆ ਇਹਦਾ ਡਿਸੀਜਨ ਕਰ ਦੋ ਉਸ ਤੋਂ ਬਾਅਦ ਬਾਕੀ ਸਾਰ ਹੁਣ ਪਹਿਲਾਂ ਮਲਕੀਅਤ ਦਾ ਹੱਕ ਡਿਸਾਈਡ ਕਰ ਦੋ ਨਾ ਨਹਿਰ ਦੀ ਲੋੜ ਹੈ ਜਾਂ ਨਾ ਇਹ ਤਾਂ ਉਹਦੇ ਬਾਅਦ ਲੋੜ ਪਊਗੀ ਮਤਲਬ ਇਹ ਅਫਸਰ ਅਧਿਕਾਰੀ ਸਰਕਾਰਾਂ ਤੋਂ ਅਸੀਂ ਸੁਣੀਆਂ ਸੀ ਕਿ ਫੈਸਲੇ ਦੱਬ ਲੈਂਦੀਆਂ ਕੋਰਟ ਚ ਵੀ ਇਹ ਕੇਸ ਦੱਬੇ ਜਾਂਦੇ ਪਤਾ ਹਜ਼ਾਰਾਂ ਦੱਬੇ ਜਾਂਦੇ ਨੇ ਇੱਕ ਪੁਰਾਣਾ ਇਨਸਟੈਂਸ ਹੈ ਪੰਜਾਬ ਦਾ ਇੱਥੇ ਜਸਟਿਸ ਸੰਧਾਵਾਲੀਆਂ ਹੁੰਦੇ ਸੀਗੇ ਪੰਜਾਬ ਐਂਡ ਹਰਿਆਣਾ ਕੋਰਟ ਦੇ ਉਦੋਂ ਵੀ ਕੇ ਜੂਨੇ ਰਿੱਟ ਪਾਈ ਸੀ ਪਹਿਲੀ ਰਿੱਟ ਅੱਛਾ ਜੀ ਪੰਜਾਬ ਦੇ ਪਾਣੀਆਂ ਤੇ ਔਰ ਜਦੋਂ ਪਤਾ ਲੱਗਿਆ ਉਹ ਰਾਤੋਂ ਰਾਤ ਜ਼ੁਬਾਨੀ ਜਿਹੜੇ ਸਾਲਿਸਟਰ ਜਨਰਲ ਆਫ ਇੰਡੀਆ ਜਾਂ ਉੱਥੇ ਸੁਪਰੀਮ ਕੋਰਟ ਪੇਸ ਹੋ ਕੇ ਇਹ ਉੱਥੇ ਬੁਲਾ ਲਈ ਤੇ ਰਾਤੋਂ ਰਾਤ ਸੰਧਿਆਵਾਲੀਆਂ ਦਾ ਉਨੇ ਬੈਂਚ ਵੀ ਗਠਿਤ ਕਰਤਾ ਸੀ ਉਹਦਾ ਟਰਾਂਸਫਰ ਕੀਤਾ ਗਿਆ ਤੇ ਉਹ ਉੱਥੇ ਪਈ ਆ ਉਸ ਤੋਂ ਬਾਅਦ ਉਹ ਕਦੇ ਮਾਮਲਾ ਹੱਲ ਹੀ ਨਹੀਂ ਹੋਇਆ ਠੀਕ ਹੈ ਇਸ ਲਈ ਜਦੋਂ ਸਰਕਾਰਾਂ ਰਲਦੀਆਂ ਨੇ ਤਾਂ ਗਵਰਨਮੈਂਟ ਆਫ ਇੰਡੀਆ ਉਦੋਂ ਵੀ ਰਲਈ ਹੋਈ ਸੀ ਨਾ ਇਸੇ ਤਰੀਕੇ ਨਾਲ ਵੀ ਜੇ ਇੱਥੇ ਡਿਸਾਈਡ ਹੋ ਗਿਆ ਤਾਂ ਹਾਈ ਕੋਰਟ ਦੇ ਵਿੱਚ ਵੀ ਜਾਂ ਬਾਕੀ ਤਾਂ ਪੰਗਾ ਪੈ ਜੂਗਾ ਕਿਉਂਕਿ ਰੀਅਲ ਇਹ ਡਿਸਾਈਡ ਹੋ ਸਕਦਾ ਇਹਨੂੰ ਇਹ ਤਾਂ ਧੱਕਾ ਕਹਿੰਦੇ ਨੇ ਜੋਰਾਬਰੀ ਇਹਨੂੰ ਹੀ ਕਹਿੰਦੇ ਨੇ ਕਿ ਜਾ ਕੇ ਉੱਥੇ ਬੰਦ ਕਰ ਦਿਓ ਸਾਰੀਆਂ ਉਹ ਸਾਰੀਆਂ ਪੋਜੀਸ਼ਨਾਂ ਕਲੱਬ ਕਰ ਦਿਓ ਫਿਰ ਉਹ ਤਾਂ ਕਦੇ ਸੁਣਾਈ ਹੋਣਾ ਹੋਵੇ ਔਰ ਇਹ ਸਾਰੇ ਮਾਮਲੇ ਦੇ ਉੱਤੇ ਅੱਜ ਵੀ ਜਿਹੜਾ ਸਵਾਲ ਹੈ ਹੁਣ ਸਾਡਾ ਮੈਨੂੰ ਨਹੀਂ ਇਹ ਸਮਝ ਆਈ ਕਿਵੇਂ ਸਾਡੀਆਂ ਸਾਰੀਆਂ ਪਾਰਟੀਆਂ ਨੇ ਇੱਕ ਸਟੈਂਡ ਲੈ ਲਿਆ ਹੂੰ ਅ ਪਿੱਛੇ ਜਾਂ 19 ਫਰਵਰੀ 2020 ਦੀ ਸੀ ਜਾਂ 23 ਫਰਵਰੀ ਸੀ ਇੱਕ ਮੀਟਿੰਗ ਸੱਦੀ ਸੀ ਕੈਪਟਨ ਵਰਿੰਦਰ ਸਿੰਘ ਨੇ ਹੂੰ ਦੁਬਾਰਾ ਜਦੋਂ ਆ ਐਮੀਕਬਲੀ ਦੀ ਗੱਲ ਹੋਈ ਹੈ ਨਾ ਬੈਠ ਕੇ ਆਲ ਪਾਰਟੀ ਮੀਟਿੰਗ ਸੀ ਸਾਡੀ ਸਾਡੀ ਆਲ ਪਾਰਟੀ ਮੀਟਿੰਗ 'ਚ ਇਹ ਡਿਮਾਂਡ ਕੀਤੀ ਗਈ ਹੈ ਕਿ ਪਾਣੀਆਂ ਦਾ ਅੰਦਾਜ਼ਾ ਲਾਉਣ ਲਈ ਨਵੇਂ ਸਿਰ ਤੋਂ ਟ੍ਰਿਬਿਊਨਲ ਬਣਾਇਆ ਜਾਏ ਆ ਹੁਣੇ ਜੈਪੁਰ ਮੀਟਿੰਗ ਦੇ ਵਿੱਚ ਸਾਡੇ ਸਨਚਾਈ ਮੰਤਰੀ ਗਏ ਇਹ ਵੀ ਟ੍ਰਿਬਿਊਨਲ ਬਣਾਉਣ ਦੀਗਾ ਟ੍ਰਿਬਿਊਨਲ ਬਣਾਉਣ ਦੀ ਮੰਗ ਤੁਸੀਂ ਕਿਉਂ ਕਰ ਰਹੇ ਹੋ ਜੇਕਰ ਸੰਵਧਾਨ ਦੇ ਵਿੱਚ ਅੰਤਰਰਾਜੀ ਪਾਣੀਆਂ ਜਿੱਥੇ ਰੈਪੇਰੀਅਨ ਪ੍ਰਿੰਸੀਪਲ ਨਹੀਂ ਮਤਲਬ ਨਹੀਂ ਹੈ ਲਾਗੂ ਜਿਹੜੇ ਤੇ ਸਾਡੇ ਤੇ ਤਾਂ ਅਸੀਂ ਟ੍ਰਿਬਿਊਨਲ ਦੀ ਮੰਗ ਕਿਉਂ ਕਰਦੇ ਆ ਪਾਣੀਆਂ ਦੀ ਪਮੈਸ ਤੇ ਤਾਂ ਮਤਲਬ ਅਸੀਂ ਕਿੱਥੇ ਖੜ੍ਹ ਗਏ ਆ ਕੇ ਸਟੈਂਡ ਦੇ ਤੌਰ ਤੇ ਵੀ ਜਿਹੜਾ ਦਿੱਤਾ ਗਿਆ ਉਹ ਤਾਂ ਦਿੱਤਾ ਗਿਆ ਜੀ ਸਾਡੇ ਤੋਂ ਹੋਰ ਨਾ ਲਓ ਉਹ ਮਾਪ ਲਓ ਸਾਡਾ ਉਹਨਾਂ ਕ ਛੱਡ ਦਿਓ ਸਾਡੇ ਕੋਲ ਨਹੀਂ ਹੈ ਇਕ ਉਹਦਾ ਹੱਕ ਦਾ ਸਵਾਲ ਹਾਂ ਇੱਕ ਉਹਦਾ ਬਿੰਨਤ ਤਰਲੇ ਦਾ ਸਵਾਲ ਇਹ ਬਿੰਨਤ ਵਾਲੇ ਤੇ ਆ ਗਿਆ ਕਿ ਸਾਡਾ ਇਹ ਛੱਡ ਦਿਓ ਜੀ ਜਿੰਨਾ ਖੈ ਕਿਉਂਕਿ ਹੁਣ ਸਾਡੇ ਕੋਲ ਜਿਹੜਾ ਪਾਣੀ ਹੈ ਉਹ ਲਗਭਗ 13 ਐਮਐਫ ਵੀ ਰਹਿ ਗਿਆ 17 ਐਮਐਫ ਵੀ ਦੀ ਬਜਾਇ ਬਿਲਕੁਲ ਬਿਲਕੁਲ ਹੁਣ ਉਹ ਪੂਰਾ ਜਾ ਰਿਹਾ ਹਾਂ ਹੁਣ ਉਹ ਸਾਡਾ ਘਟਾ ਦਿਓ ਸਾਡੇ ਕੋਲ ਉਹਨਾ ਨਹੀਂ ਹੈ ਜਿਹੜਾ ਪੰਜਾਬ ਇਹ ਕਹਿੰਦਾ ਕਿ ਸਾਡੇ ਕੋਲ ਬੂੰਦ ਪਾਣੀ ਦੀ ਨਹੀਂ ਜਦੋਂ ਅਸੀਂ ਇਹ ਕਹਿ ਰਹਿਆ ਔਰ ਉਹ ਬੂੰਦ ਪਾਣੀ ਦਾ ਮਤਲਬ ਇਹ ਨਹੀਂ ਕਿ ਬਿਲਕੁਲ ਪਾਣੀ ਨਹੀਂ ਹੈ ਮਤਲਬ ਪਾਣੀ ਜਿੰਨਾ ਹੈ ਉਹਨਾ ਹੈ ਸਭ ਤੋਂ ਵੱਡਾ ਸਾਡਾ ਸਵਾਲ ਇਹ ਹੈ ਕਿ ਜਸਟਿਸ ਜਾਂ ਇਨਸਾਫ ਇਸਤੇ ਕਰੋ ਦੀ ਮਾਲਕੀ ਕੀ ਦੀ ਹੈ ਉਦੋਂ ਬਾਅਦ ਹੂੰ ਕਿਹਨੂੰ ਦੇਣਾ ਹੈ ਕਿਹਨੂੰ ਨਹੀਂ ਦੇਣਾ ਜਾਂ ਜਿੰਨਾ ਜੇ ਪਹਿਲਾਂ ਵਾਲਾ ਜਾਂਦਾ ਵੀ ਜਿਹੜਾ ਜੇ ਤੁਸੀਂ ਨਹੀਂ ਰੋਕਣਾ ਤਾਂ ਉਹਦਾ ਕਲੇਮ ਤਾਂ ਪੰਜਾਬ ਦਾ ਬਣਦਾ ਨਾ ਰੈਂਟੀ ਦੇ ਤੌਰ ਤੇ ਜਿਹੜੇ ਪੰਜਾਬ ਦੀ ਦੇ ਕੋਲ ਇੱਕੋ ਚੀਜ਼ ਹੈ ਜਿਹੜੀ ਚੀਜ਼ ਬਾਹਰ ਪੰਜਾਬ ਕੋਲ ਤਾਂ ਨਾ ਖਾਣਾ ਨੇ ਨਾ ਬਾਕੀ ਚੀਜ਼ਾਂ ਨੇ ਨਾ ਹੋਰ ਨੇ ਜਿੱਥੋਂ ਕੋਈ ਉਹਨੂੰ ਪੈਸਾ ਆਉਂਦਾ ਕੋਈ ਖਾਣਾ ਥੋੜਾ ਨੇ ਆ ਬਾਕੀ ਸਾਰੀਆਂ ਚੀਜ਼ਾਂ ਤਾਂ ਅਸੀਂ ਪੈਸੇ ਭਰ ਦਈਆਂ ਰੈਂਟੀ ਤੇ ਬਾਕੀ ਚੀਜ਼ਾਂ ਲਿਆਉਂਦੇ ਆ ਹਾਂ ਫਿਰ ਸਾਡੀਆਂ ਕਿਉਂ ਨਹੀਂ ਤਾਂ ਇਹ ਕਿਉਂ ਨਹੀਂ ਇਹ ਸਵਾਲ ਇਹ ਡਿਬੇਟ ਇਹ ਮੈਨੂੰ ਲੱਗਦਾ ਇੱਕ ਜਸਟੀਫਿਕੇਸ਼ਨ ਹੈ ਜਿਹੜੀ ਪਰ ਹੁਣ ਜਿਵੇਂ ਕਿਸਾਨ ਜਥੇਬੰਦੀਆਂ ਵੀ ਇਸ ਮੁੱਦਿਆਂ ਤੇ ਆਈਆਂ ਨੇ ਹ ਕੁਝ ਲੀਡਰ ਵੀ ਇਸ ਮੁੱਦਿਆਂ ਤੇ ਬੋਲਣ ਲੱਗੇ ਨੇ ਕੀ ਲੱਗਦਾ ਹੋਂਦੇ ਸਮੇਂ ਤੇ ਉੱਤੇ ਕੋਈ ਗੱਲ ਚੁੱਲੂ ਕਿ ਕਿ ਐਂ ਹੀ ਰਾਜਨੀਤੀ ਚ ਰੁੜੀ ਜਾਣੀ ਹੈ ਗੇਂ ਨਹੀਂ ਪਾਣੀ ਕਿਉਂਕਿ ਐਡਾ ਸੀਰੀਅਸ ਮੁੱਦਾ ਇਹ ਲਗਾਤਾਰ ਮੁੱਦਾ ਤਾ ਰਹੂਗਾ ਰਹੂਗਾ ਹਮ ਹੁਣ ਉਹ ਸਿਆਸਤ ਕਿੰਨਾ ਕਚਰੇ ਦੇ ਤੇ ਕਲੀਅਰ ਕਟ ਸਟੈਂਡ ਲੈਂਦੀ ਆ ਜਾਂ ਦੇਸ਼ ਦੇ ਹੁਕਮਰਾਨ ਜੇ ਉਹ ਚਾਹੁੰਦੇ ਨੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਨਾ ਹੋਵੇ ਪੋਲਿਟੀਕਲ ਐਸੀ ਸਮੱਸਿਆਵਾਂ ਨਾ ਆਉਣ ਤਾਂ ਇਹ ਚੀਜ਼ਾਂ ਜਾਓ ਡਿਬੇਟ ਚ ਦੁਨੀਆ ਤੇ ਜਾਂ ਬਾਕੀ ਕਿਤੇ ਬਣਾ ਲੈਣ ਕਿ ਨਹੀਂ ਪਾਈ ਤੁਸੀਂ ਗੱਲ ਤੋਂ ਹਮਮ ਔਰ ਤਾਂ ਕੋਈ ਤਰੀਕਾ ਨਹੀਂ ਜੇ ਇਨਸਾਫ ਨਹੀਂ ਹੋਊਗਾ ਬੇਇਨਸਾਫੀ ਲਗਾਤਾਰ ਹੁੰਦੀ ਰਹੂਗੀ ਤਾਂ ਇਹ ਸਿਸਟਮ ਮੁੱਦਾ ਪਹਿਲਾਂ ਵੀ ਜਿਹੜਾ ਪੰਜਾਬ ਦੇ ਵਿੱਚ ਵੱਡਾ ਰੌਲਾ ਪਿਆ ਉਹਦੀ ਬੁਨਿਆਦ ਤਾਂ ਪਾਣੀ ਹੈ ਪਾਣੀ ਤੇ ਜਦੋਂ ਕੋ ਪੂਰੀ ਟੱਕ ਲਾਉਣ ਆਏ ਇੰਦਰਾ ਗਾਂਧੀ 8 ਅਪ੍ਰੈਲ 1982 ਨੂੰ ਉਸੇ ਦਿਨ ਮੋਰਚਾ ਸਟਾਰਟ ਹੋਇਆ ਸੀ ਪਾਣੀਆਂ ਦਾ ਉਹ ਸੀਪੀਐਮ ਤੇ ਅਕਾਲੀ ਵੀ ਬਿਲਕੁਲ ਬਾਦ ਚੋਹੀ ਮੋਰਚਾ ਧਰਮ ਯੁੱਧ ਚ ਆਇਆ ਉਹੀ ਮੋਰਚਾ ਫਿਰ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਚੱਲੇ ਆ ਤੇ ਉਸੇ ਮੋਰਚੇ ਦੇ ਦੌਰਾਨ ਫਿਰ ਮਤਲਬ ਦਰਬਾਰ ਸਾਹਿਬ ਤੇ ਹਮਲਾ ਇੰਦਰਾ ਗਾਦੀ ਦਾ ਕਤਲ ਫਿਰ ਹੋਰ ਕਤਲਾਂ ਦੇ ਕਤਲ ਫਿਰ ਇੰਦਰਾ ਗਾਦੀ ਦੇ ਕਤਲ ਤੋਂ ਬਾਅਦ ਸਿੱਖ ਕਤਲੇਆਮ ਦਿੱਲੀ ਦੇ ਵਿੱਚ ਤੇ ਬਾਕੀ ਜਗ੍ਹਾ ਹੋਇਆ ਇੰਨਾ ਕੁਝ ਹੋਣ ਤੋਂ ਬਾਅਦ ਫਿਰ ਜੀਬ ਲੌਗਵਾਲ ਸਮਝੌਤਾ ਹੋਇਆ ਉਸ ਸਮਝੌਤੇ ਦੀ ਵੀ ਤੁਸੀਂ ਉਹ ਗੱਲਾਂ ਲਾਗੂ ਕਰੀ ਜਾਂਦੇ ਹੋ ਜਿਹੜੀਆਂ ਪੰਜਾਬ ਦੇ ਖਿਲਾਫ ਨੇ ਜਿਹੜੀਆਂ ਪੰਜਾਬ ਦੇ ਹੱਕ ਜਿਹਨੇ ਉਹਦੇ ਬਰਾਦ 26 ਜਨਵਰੀ 1986 ਨੂੰ ਚੰਡੀਗੜ੍ਹ ਦੇਣਾ ਸੀ ਉਹ ਕਿਉਂ ਨਹੀਂ ਦਿੱਤਾ ਬਿਲਕੁਲ ਜਿਹੜੇ ਬਾਕ ਸੰਦੂਖੇੜੇ ਚ ਇਕੱਡ ਸਾਈਡ ਕਰ ਲਿਆ ਪੰਜਾਬੀ ਬੋਲਦੇ ਲਾ ਕੇ ਪਿੰਡ ਨੂੰ ਆਧਾਰ ਬਣ ਕੇ ਜਦੋਂ 90 95% ਤੋਂ ਜ਼ਿਆਦਾ ਲੋਕ ਲੋਕ ਤਿਆਰ ਹੋ ਗਏ ਇੱਕ ਸਰਵੇ ਕਰਾ ਰਹੇ ਆ ਸੈਂਸਸ ਕਰਾ ਲੀ ਤਾਂ ਵੀ ਕਿਉਂ ਨਹੀਂ ਦਿੱਤੇ ਤਾਂ ਵੀ ਨਹੀਂ ਕਿਉਂ ਦਿੱਤੇ ਮਤਲਬ ਜਿਹੜਾ ਪਾਰਲੀਮੈਂਟ ਦੇ ਵਿੱਚ ਇੱਕ ਸਮਝੌਤਾ ਚੱਲਾ ਗਿਆ ਹੋਵੇ ਪਾਰਲੀਮੈਂਟ ਨੇ ਉੱਤੇ ਮੋਹਰ ਲਾਈ ਹੋਵੇ ਕਿ ਠੀਕ ਹੈ ਉਹ ਵੀ ਲਾਗੂ ਨਾ ਹੋ ਜਿਹੜਾ ਤੁਹਾਡੀ ਸਾਈਡ ਤੇ ਇਥੋਂ ਨੀਤ ਹੈ ਉੱਥੋਂ ਨੀਤ ਦੱਸੋ ਇਹ ਇਹ ਮੁੱਦਾ ਭਾਜੀ ਬਣਿਆ ਰਹਿਣਾ ਇੱਕ ਪੰਜਾਬ ਦੀ ਹੁਣ ਫਿਕਰਮੰਦੀ ਹੈ ਦਵਾਈਆਂ ਨੂੰ ਲੈ ਕੇ ਕਹਿੰਦੇ ਕਿ ਸਰਕਾਰੀ ਹਸਪਤਾਲਾਂ 'ਚ ਦਵਾਈਆਂ ਨਹੀਂ ਪੂਰੀਆਂ ਮਿਲ ਰਹੀਆਂ ਖਾਸ ਕਰਕੇ 245 ਦੇ ਕਰੀਬ ਜਿਹੜੀਆਂ ਦਵਾਈਆਂ ਮਾਰਕ ਹੁੰਦੀ ਨੇ ਕਿਹਾ ਪਹੁੰਚਣਗੇ ਉਹਨਾਂ ਚੋਂ ਵੀ 100 ਦਵਾਈਆਂ ਪਿਛਲੇ 20-25 ਦਿਨਾਂ ਤੋਂ ਬਿਲਕੁਲ ਨਹੀਂ ਪਹੁੰਚ ਰਹੀਆਂ ਤੇ ਕੁਝ ਤੇ ਰਹੇ ਕਹਿੰਦੀਆਂ ਕਹਿੰਦੇ ਉਹ ਸਟਾਕ ਇਕੱਠਾ ਕੀਤਾ ਜਾ ਰਿਹਾ ਕਿ ਜਿਹੜੀਆਂ ਮਹੱਲਾ ਕਲੀਨਿਕ ਨੇ ਉੱਥੇ ਪਹੁੰਚਾਉਣੀਆਂ ਨੇ ਤੇ ਇੱਧਰ ਜਿਹੜੇ ਇਲਾਜ ਨੇ ਹਸਪਤਾਲਾਂ ਚ 500 ਤੋਂ ਵੱਧ ਪ੍ਰਾਈਵੇਟ ਹਸਪਤਾਲਾਂ ਨੇ 200 ਤੋਂ ਵੱਧ ਸਰਕਾਰੀ ਹਸਪਤਾਲਾਂ ਨੇ ਇੱਥੋਂ ਤੱਕ ਕਿ ਪੀਜੀ 32 ਤੱਕ ਨੇ ਵੀ ਬੰਦ ਕਰ ਦਿੱਤਾ ਆਸ਼ਵਾਨ ਯੋਜਨਾ ਦੇ ਤਹਿਤ ਇਸ ਵਿੱਤ ਮੰਤਰੀ ਸਾਹਿਬ ਕਹਿੰਦੇ ਅਸੀਂ ਫੰਡ ਜਾਰੀ ਕਰਤਾ ਉਹ ਕਹਿੰਦੇ ਸਾਡੇ ਕੋਲ ਪੈਸੇ ਆਏ ਨਹੀਂ ਤੇ ਇੱਧਰ ਇਹੀ ਹਾਲ ਕਹਿੰਦੇ ਕਿ ਪਸ਼ੂਆਂ ਦੀ ਕੜਾਂ ਜੀ ਵੀ ਹੁਣ ਸਾਹਮਣੇ ਆ ਗਏ ਨੇ ਕਿ ਮਰ ਚੁੱਕੇ ਨੇ ਤੇ ਕਹਿੰਦੇ ਉਹਨਾਂ ਦੇ ਲਈ ਹਸਪਤਾਲੋਂ ਡਾਕਟਰਾਂ ਦਾ ਪ੍ਰਬੰਧ ਨਹੀਂ ਨਾ ਮਨੁੱਖੀ ਸਿਹਤ ਦਾ ਫਿਕਰ ਨਾ ਪਸ਼ੂ ਤੰਨ ਕਿਉਂਕਿ ਪੰਜਾਬ ਦੇ ਉੱਤੇ ਖੇਤੀ ਦੇ ਨਾਲ ਨਾਲ ਪਸ਼ੂ ਤੰਨ ਵੀ ਕਹਿ ਸਾਡਾ ਸਰੋਤ ਹੈ ਸੋ ਇਸ ਲਈ ਇਹ ਸਾਰਾ ਮਸਲਾ ਜਿਹੜਾ ਸਿਹਤ ਵਾਲਾ ਮਸਲਾ ਹੈ ਜਾਂ ਹੈਲਥ ਵਾਲਾ ਮਸਲਾ ਹੈ ਉੱਥੇ ਉੱਥੇ ਸਰਕਾਰ ਦੀ ਨਜ਼ਰਸਾਨੀ ਕਿਉਂ ਨਹੀਂ ਕੀ ਇਹ ਪਹਿਲੀਆਂ ਨਲਾਈਕੀਆਂ ਨੇ ਜਾਂ ਹੁਣ ਵਾਲੀ ਸਰਕਾਰ ਤੋਂ ਵੀ ਗੌਰ ਨਹੀਂ ਹੋ ਰਿਹਾ ਦੇਖੋ ਦੋ ਗੱਲਾਂ ਨੇ ਪਹਿਲਾਂ ਤਾਂ ਇੱਕ ਸੰਕਟ ਵੀ ਚੱਲ ਰਿਹਾ ਹੈ ਪਰ ਪਹਿਲਾਂ ਦਾ ਸੰਕਟ ਕਿੰਨਾ ਚਿਰ ਪਹਿਲਾਂ ਦਾ ਕਹੀਂ ਜਾਵਾਂਗੇ ਅਸੀਂ ਤੇ ਨਾਲ-ਨਾਲ ਜਦੋਂ ਕਈ ਵਾਰ 4 ਸਾਲ ਲੰਘਾ ਕੇ ਵੀ ਪਹਿਲਾਂ ਦਾ ਕਹੀਂ ਜੋ ਹੋ ਨਹੀਂ ਨਾ ਗੱਲ ਬਣਦੀ ਹੁਣ ਤੁਹਾਡਾ ਬਜਟ ਆ ਗਿਆ ਸੀ ਬਜਟ ਦੇ ਵਿੱਚ ਤੁਹਾਡੀ ਡਾਇਰੈਕਸ਼ਨ ਕੀ ਹੈ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਤੇ ਸਿੱਖਿਆ ਦੋ ਬੁਨਿਆਦੀ ਮੁੱਦਿਆਂ ਤੇ ਇਹਨਾਂ ਮੁੱਦਿਆਂ ਦੀ ਗੱਲ ਕਰਦੇ ਜਲਸੀ ਬਿਜਲੀ ਮੁਫਤਬਤ ਤੋਂ ਵੱਧ ਜੇਕਰ ਆਪਾਂ ਇਹ ਗੱਲ ਕਰਾਂ ਚਲੋ ਦੋ ਸਿਹਤ ਉਹ ਮਾਡਲ ਦਿੱਲੀ ਮਾਡਲ ਸੀ ਜਿਹੜੇ ਤੇ ਬਿਨਾਂ ਸ਼ੱਕ ਇਦੋਂ ਲੰਮੇ ਸਮੇਂ ਤੋਂ ਸਿਹਤ ਤੇ ਸਿੱਖਿਆ ਮਤਲਬ ਨજર ਅੰਦਾਜ਼ ਟਾਈਪ ਹੈਗੀ ਐ ਚ ਕੋਈ ਦੋ ਰਾਮਾ ਨਹੀਂ ਹੈ ਪਰ ਤੁਸੀਂ ਉਹਦੇ ਤੇ ਆ ਕੇ ਪਹਿਲਾਂ ਉਹਦੀ ਸਮੱਸਿਆ ਕੀ ਹੈ ਇਹ ਸਮਝਦੇ ਹੋ ਫਿਰ ਸਮਝ ਕੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਤਾਂ ਇੱਕ جنੂਨ ਪਰ ਤਾਂ ਦਿੱਲੀ ਮਾਡਲ ਦਿੱਲੀ ਮਾਡਲ ਦਿੱਲੀ ਮਾਡਲ ਆ ਕੇ ਤੁਸੀਂ ਕੋਲ ਬੀ ਡਿਸਪੈਂਸਰੀਆਂ ਦੇ ਚੱਕ ਕੇ ਮਤਲਬ ਉੱਥੇ ਆਪਾਂ ਲੱਖ ਲੀਨ ਖੋਲ ਦੋ ਇਹਦੀ ਬਜਾਏ ਤੁਸੀਂ ਇਹ ਦੇਖਦੇ ਕਿ ਮੈਡੀਕਲ ਕਾਲਜਾਂ ਚ ਬਾਕੀ ਦੇ ਹਿੱਸੇ ਸਸਥਾਵਾ ਚ ਡਾਕਟਰ ਹੈ ਨੇ ਜਾਣੇ ਜਾਂ ਨਹੀਂ ਹੈ ਤਾਂ ਉਹਦੀ وجہ ਕੀ ਹੈ ਭਰਤੀ ਕਿਵੇਂ ਹੋਣੀ ਹੈ ਦੂਜੀ ਤੁਸੀਂ ਇਹ ਕਰਨੀ ਸੀ ਕਿ ਉੱਥੇ ਦਵਾਈਆਂ ਜਾ ਰਹੀਆਂ ਨੇ ਜਾਂ ਨਹੀਂ ਜਾ ਰਹੀਆਂ ਤੇ ਜੇ ਨਹੀਂ ਜਾ ਰਹੀਆਂ ਤਾਂ ਉਹਦੀ وجہ ਕੀ ਹੈ ਰੀਅਲ ਸੰਚ ਦਵਾਈਆਂ ਜਾਣ ਕਿਵੇਂ ਜਾਂ ਬਾਕੀ ਦਾ ਸਟਾਫ ਕਿਵੇਂ ਭਰਤੀ ਕਰਨਾ ਹੈ ਉਹਦੇ ਚ ਕਿਹੜੇ ਕਿਹੜੇ ਨੁਕਸਨ ਨੇ ਕੀ ਚੀਜ਼ ਜਾਣੇ ਉਹ ਸਾਰੇ ਤੁਹਾਡੇ ਕੋਲ ਇੱਕ ਪੂਰਾ ਪੁਰਾਣਾ ਸਿਸਟਮ ਚੱਲਿਆ ਜਿਹੜਾ ਆਜ ਸੁਮਾਨ ਬੀਮਾ ਯੋਜਨਾ ਦਾ ਉਹਦੇ ਚ ਵੀ ਪ੍ਰਾਇੋਰਟੀ ਦੇ ਆਧਾਰ ਤੇ ਜੇ ਤੁਹਾਡਾ ਹੁੰਦਾ ਤਾਂ ਤੁਹਾਡਾ ਇੱਕ ਬਜਟ ਦੇ ਵਿੱਚ ਤੁਹਾਨੂੰ ਪਤਾ ਹੁੰਦਾ ਨਾ ਕਿ ਇੰਨੇ ਪੈਸੇ ਤਾਂ ਕੰਟੀਨਿਊ ਆਪਾਂ ਨੂੰ ਦੇ ਲੈਣੇ। ਇਹ ਦੇਣ ਜੇ ਉਹ ਨਹੀਂ ਦਿੱਤੇ। ਹੂੰ ਤਾਂ ਹੁਣ ਜਦੋਂ ਉਹਨਾਂ ਦਾ ਬਿਲਕੁਲ ਪੀਜੀਆਈ ਕਹਿੰਦਾ ਸਾਡਾ 16 ਕਰੋੜ ਖੜਾ ਹੈ। ਮੈਡੀਕਲ ਕਾਲਜ ਫਰੀਦਕੋਟ ਕਹਿੰਦਾ ਸਾਡਾ 15 ਕਰੋੜ ਖੜਾ ਹੈ। ਔਰ ਪ੍ਰਾਈਵੇਟ ਹਸਪਤਾਲ ਕਹਿ ਰਹੇ ਨੇ ਸਾਡਾ 260 ਕਰੋੜ ਖੜਾ ਹੈ। ਮਤਲਬ ਵੱਖ-ਵੱਖ ਟਾਈਪ ਦੇ ਜਿਹੜੀਆਂ ਚੀਜ਼ਾਂ ਤੁਹਾਡੇ ਖੜੀਆਂ ਨੇ ਉਹਦੇ ਚ ਜਿਹੜਾ ਟਰੀਟਮੈਂਟ ਅਗਲੇ ਨੇ ਬੰਦ ਕਰਤਾ ਮਰੀਜ਼ ਸਫਰ ਕਰ ਰਹੇ ਨੇ। ਹੁਣ ਤੁਸੀਂ ਉਹ ਕਹਿ ਰਹੇ ਹੋ ਅਸੀਂ 100 ਕਰੋੜ ਦੇ ਤਾ ਔਰ ਮਤਲਬ ਵਿੱਤ ਮੰਤਰੀ ਕਹਿੰਦਾ ਜਿਹੜਾ ਹੈਲਥ ਸੈਕਟਰ ਹੈ ਉਹ ਕਹਿੰਦਾ ਕੰਮ ਨੂੰ 2-3 ਦਿਨ ਲੱਗ ਜਾਂਦੇ ਨੇ ਹੌਲੀ ਹੌਲੀ ਅੱਗੇ ਜਾਣਗੇ ਮਤਲਬ ਅੱਗੇ ਪਤਾ ਨਹੀਂ ਕਿੱਥੋਂ ਆ ਕੇ ਕਿੱਥੇ ਖੜ ਜਾਂਦਾ ਅੱਜ ਕੱਲ ਤਾਂ ਨਾਲੇ ਸਰਕਾਰ ਨੇ ਤਾਂ ਪੇਪਰਲੈਸ ਦਾ ਵਾਈਟ ਦਿੱਤਾ ਹਾਂ ਸਭ ਕੁਝ ਆਨਲਾਈਨ ਜਾਣਾ ਦਾ ਖਾਤੇ ਚ ਤੂੰ ਵੀ ਆਪ ਤੁਸੀਂ ਵਿਦੇਸ਼ ਭੇਜਣਾ ਵੈਸਾ ਡਾਂਸ ਟ੍ਰਾਂਸਫਰ ਮੈਨੂੰ 2-4 ਦਿਨ ਕਿਵੇਂ ਲੱਗਦੇ ਨੇ ਕੀ ਨੇ ਇਹ ਵੀ ਇੱਕ ਸਵਾਲ ਹੈ ਦੂਜਾ ਸਵਾਲ ਇਹ ਹੈ ਕਿ ਕੀ ਕੇਵਲ 100 ਕਰੋੜ ਦੇ ਤਾਂ ਇਹਦੇ ਨਾਲ ਹੁਣ ਸਰ ਜਾਊਗਾ ਅੱਗੇ ਸਕੀਮ ਕੰਟੀਨਿਊ ਕਰੇਗੀ ਜਾਂ ਕੇਵਲ ਬਕਾਇਆ ਹੀ ਦਿੱਤਾ ਜੇ ਕੰਟੀਨਿਊ ਕਰੇਗੀ ਤਾਂ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਇੰਨਾ ਉਹਦਾ ਪੈਸਾ ਹੁੰਦਾ ਇੰਨਾ ਖਰਚ ਆਉਂਦਾ ਸਾਡਾ ਹਿੱਸਾ ਇੰਨਾ ਹੈ ਗਵਰਨਮੈਂਟ ਆਫ ਇੰਡੀਆ ਦਾ ਇੰਨਾ ਹੈ ਤੇ ਅਸੀਂ ਇੰਨਾ ਉਹਦੇ ਲਈ ਰੱਖਤਾ ਤੇ ਰੈਗੂਲਰ ਜਾਂਦਾ ਰਹੂਗਾ ਅੱਗੇ ਨੂੰ ਕੋਈ ਸਮੱਸਿਆ ਨਹੀਂ ਆਏਗੀ ਉਹ ਪਰ ਕਲੀਅਰ ਨਹੀਂ ਕੀਤਾ ਪੱਕਾ ਇਹ ਕੋਈ ਪੱਖਾ ਜੇ ਕਲੀਅਰ ਨਹੀਂ ਤੇ ਅਗਲੀ ਗੱਲ ਹੈਗੀ ਦਵਾਈਆਂ ਦੀ ਜਿਹੜਾ ਮੁਹੱਲਾ ਕਲੀਨਿਕ ਇੰਨਾ ਚਾਰਮ ਚੋਂ ਪੈਸਾ ਆਉਂਦਾ ਉਹ ਜਿਹੜਾ ਅੱਜਕੱਲ ਦਵਾਈਆਂ ਖਰੀਦਦੇ ਨੇ ਜਾਂ ਬਾਕੀ ਤੇ ਮੇਰੀ ਇੱਕ ਦੋ ਚੰਗੇ ਵੱਡੇ ਡਾਕਟਰਾਂ ਨਾਲ ਜਿਹੜੇ ਈਵਨ ਕੋਈ ਡਿਪਟੀ ਮੈਡੀਕਲ ਸਪਰਟੈਂਟ ਕੋਈ ਮੈਡੀਕਲ ਸਪਰਟੈਂਡ ਕੋ ਕਾਲ ਜਾਂਚ ਰਹੇ ਜਿਹੜੇ ਉਹਨਾਂ ਨਾਲ ਵੀ ਗੱਲ ਉਹ ਕਹਿੰਦੇ ਵੀ ਹੁਣ ਸਾਡੀ ਹਾਲਤ ਮਾੜੀ ਹੋ ਕਿਉਂਕਿ ਉਹ ਪੈਸਾ ਡਾਇਵਰਟ ਕਰਤਾ ਮਹੱਲਕ ਲਈ ਨਗਾ ਨਹੀਂ ਜੀ ਉਹ ਪੈਸਾ ਡਾਇਵਰਟ ਹੋਣ ਦਾ ਮਤਲਬ ਕੀ ਸੀ ਕਿ ਇਦੋਂ ਪਹਿਲਾਂ ਜਿਹੜੀਆਂ ਕੁਝ ਨਾ ਸੀਜ਼ਨਲ ਦਵਾਈਆਂ ਉਹ ਖਰੀਦ ਲੈਂਦੇ ਸੀ ਹਸਪਤਾਲਾਂ ਨੂੰ ਇੱਕ ਲੈਵਲ ਦੀ ਖਰੀਦ ਆਪ ਵੀ ਕਰਦਾ ਹੱਕ ਜਿਹੜੇ ਖਾਸ ਤੌਰ ਤੇ ਮੈਡੀਕਲ ਕਾਲਜ ਜਿਹੜੇ ਉਹ ਕਹਿੰਦੇ ਪੰਜਾਬ ਦੇ ਹੁਣ ਕਿਸੇ ਸਾਡੇ ਹਸਪਤਾਲ ਦੇ ਵਿੱਚ ਸਨੇਕ ਬਾਈਟ ਦਾ ਸੱਪ ਦੇ ਕੱਟੇ ਦੀ ਦਵਾਈ ਨਹੀਂ ਹੈ ਹਾਂ ਆ ਸੀਜ਼ਨ ਹੈ ਇච් ਬੜੇ-ਬੜੇ ਕਾਫੀ ਬਹੁਤ ਕੇਸ ਐਸੇ ਆਉਂਦੇ ਨੇ ਪੰਜਾਬ ਦੇ ਪਿੰਡਾਂ ਚੋਂ ਖਾਸ ਤੌਰ ਤੇ ਕਿਉਂਕਿ ਇਹਨੂੰ ਇਹਨੂੰ ਨਾਰਮਲੀ ਪਿੰਡੂ ਭਾਸ਼ਾ ਚ ਕੱਚਾ ਮੌਸਮ ਕਿਹਾ ਜਾਂਦਾ ਹੈ ਨਾ ਕੱਚਾ ਮੌਸਮ ਸਭ ਫਸਲਾਂ ਡੀ ਰਹਿੰਦੀ ਹੈ ਕੱਟ ਗਈ ਜੇ ਹੁਣ ਉਹ ਟੀਕਾ ਜੇ ਨਹੀਂ ਹੋਏਗਾ ਤਾਂ ਕਿੰਨੇ ਬੰਦਿਆਂ ਦੀ ਮੌਤ ਹੋ ਸਕਦੀ ਹੈ ਹ ਕੋੜਾ 300 ਕਿਲੋਮੀਟਰ ਤੱਕ ਪਹੁੰਚੇ ਤੇ ਨਾਕਸੌਲੀ ਤੇ ਪ੍ਰਾਈਵੇਟ ਉਹ ਮਿਲਦਾ ਨਹੀਂ ਪ੍ਰਾਈਵੇਟ ਇਸ ਕਰਕੇ ਆ ਕਿਉਂਕਿ ਉਹਦੇ ਤੇ ਇੱਕ ਬੰਦੇ ਉਹਨੂੰ ਨਸ਼ੇ ਦੇ ਲਈ ਵੀ ਵਰਤਦੇ ਨੇ ਇਸ ਲਈ ਵੀ ਸਖਤੀ ਹੈ ਜੇ ਮਿਲਦਾ ਤਾਂ ਬਹੁਤ ਮਹਿੰਗਾ ਮਿਲਦਾ ਹੂੰ ਮਤਲਬ ਉਹਦੀ ਉਹ ਸਾਰਾ ਨੇ ਔਰ ਦੂਜੀ ਗੱਲ ਉਹ ਕਹਿੰਦੇ ਹੁਣ ਸਾਡੇ ਕੋਲੇ ਤਾਂ ਮਤਲਬ ਹਸਪਤਲ ਵਿੱਚ ਅਸੀਂ ਦਰਦ ਦਰਦ ਦੀਆਂ ਗੋਲੀਆਂ ਜਿਹੜੇ ਆਉਂਦੇ ਐ ਐਮਰਜੈਂਸੀ 'ਚ ਟੀਕੇ ਲਾ ਦਿੰਦੇ ਸੀ ਜਿਹੜੇ ਕਿਸੇ ਨੂੰ ਬਾਹਰੋਂ ਨਹੀਂ ਸੀ ਮਗਾਉਣੇ ਪੈਂਦੇ ਉਹ ਵੀ ਨਹੀਂ ਐ ਤੀਜੀ ਗੱਲ ਉਹ ਕਹਿੰਦੇ ਜੇ ਸਟਿਚ ਜਿਹੜੇ ਟਰੋਮਾ 'ਚ ਜਾਂਦੇ ਨੇ ਕਿੰਨੇ ਬੰਦੇ ਸਾਡੇ ਕੋਲ ਉਹ ਧਾਗਾ ਵੀ ਹਸਪਤਲ ਦਾ ਨਹੀਂ ਐ ਜਿਹੜਾ ਕੁਆਲਟੀ ਵਾਲਾ ਜਿਹੜਾ ਕੁਆਲਟੀ ਵਾਲਾ ਧਾਗਾ ਐ ਸਟਿਚ ਕਰਨੇ ਬੰਦੇ ਤੋਂ ਬਾਹਰੋਂ ਮਗਾਉਣਾ ਪੈਂਦਾ ਤੇ ਨਹੀਂ ਉਹਦੇ ਨਾਲ ਐ ਇਹ ਹਾਲਾਤ ਹੈ ਨੇ ਇਹ ਦੇ ਤੇ ਮੇਰੇ ਖਿਆਲ ਨਾਲ ਸਫਾਈ ਦੇਣੀ ਬੜੀ ਜ਼ਰੂਰੀ ਐ ਸਿਹਤ ਮੰਤਰੀ ਹੋਵੇ ਜਾਂ ਵਿੱਤ ਤਾਂ ਉੱਥੇ ਤਾਂ ਫਿਰ ਮਰੀਜ਼ ਵਿਚਾਰੇ ਗਰੀਬ ਆਦਮੀ ਤਾਂ ਜਿਹੜੇ ਸਰਕਾਰੀ ਹਸਪਤਾਲਾਂ 'ਚ ਜਾਂਦੇ ਨੇ ਉਹ ਤਾਂ ਲਗਾਤਾਰ ਖੱਜਲ ਹੋ ਰਹੇ ਨੇ ਨਾ ਉਹ ਕੀ ਕਰਨਗੇ ਉਸ ਸਾਰੇ ਮਾਮਲੇ 'ਚ ਤੇ ਇਹਦੇ ਤੋਂ ਇਲਾਵਾ ਜਿਹੜਾ ਮਾਮਲਾ ਪਸ਼ੂ ਪਾਲਣ ਦਾ ਹੂੰ ਪਸ਼ੂ ਪਾਲਣ ਐਡਾ ਇੰਪੋਰਟੈਂਟ ਕੀਤਾ ਹੈ ਪੰਜਾਬ ਲਈ ਤਾਂ ਜਿੰਨੀ ਟੋਟਲ ਆਮਦਨ ਹੈ ਜੀ ਡੀ ਪੀ ਜੀ ਐਸ ਡੀ ਪੀ ਪੰਜਾਬ ਚ ਖੇਤੀ ਤੋਂ ਆਉਂਦੀ ਹੈ ਉਹਦਾ ਤੀਜਾ ਹਿੱਸਾ ਪਸ਼ੂ ਪਾਲਣ ਤੋਂ ਦੁੱਧ ਤੋਂ ਆਉਂਦਾ ਦੁੱਧ ਵੇਚ ਕੇ ਲੋਕ ਜੋ ਮਤਲਬ ਗੁਜ਼ਾਰਾ ਕਰਦੇ ਨੇ ਔਰ ਬਹੁਤ ਵੱਡੇ ਪੱਧਰ ਤੇ ਜਿਹੜਾ ਛੋਟਾ ਕਿਸਾਨ ਤੇ ਗਰੀਬ ਆਦਮੀ ਬੇਜਮੀਨੇ ਸਾਰੇ ਉਹ ਸਾਰੇ ਇਹਦੇ ਤੇ ਨਿਰਭਰ ਨੇ ਜਿਹੜੇ ਮੇਨ ਲਾਈਨ ਔਰ ਹੁਣ ਇਹ ਵਪਾਰ ਜਿਹੜੀ ਬਿਮਾਰੀ ਫੈਲ ਰਹੀ ਹੈ ਹਜ਼ਾਰਾਂ ਬੰਦਾ 500 ਡੰਗਰ ਦਾ ਤਾਂ ਇਕੱਲੇ ਫਾਜ਼ਲ ਕਾ ਦਾ ਇੱਕ ਡਾਟਾ ਆਇਆ ਸੀ ਤੇ ਸੌਦਾਜੀ ਇੱਕ ਹੋਰ ਖਬਰ ਛਪੀ ਹੈ ਜਿਹੜਾ ਡਾਟਾ ਹੈ ਸੈਂਕੜੇ ਪਸ਼ੂ ਮਰ ਰਹੇ ਨੇ ਲਗਾਤਾਰ ਔਰ ਉਹ ਪਸ਼ੂ ਮਰਨ ਦਾ ਮਤਲਬ ਹੈ ਬੰਦੇ ਦਾ 50000 80000 1 ਲੱਖ ਦਾ ਪਸ਼ੂ ਚਲਾ ਗਿਆ ਜਿਹੜੇ ਬੰਦੇ ਨੇ ਮੁਸ਼ਕਲ ਲੱਗ ਗਿਆ ਪਸ਼ੂ ਵੀ ਗਿਆ ਜਿਹਦਾ ਰੋਜ਼ ਦਾ ਕੰਮ ਵੀ ਗਿਆ ਨਾ ਤੇ ਉਹ ਜਿਹੜਾ ਮਤਲਬ ਜਿਹੜੇ ਹੋ ਸਕਦਾ ਕਰਜ਼ਾ ਚੱਕ ਕੇ ਉਹਨੇ ਉਹ ਵੱਜ ਲਿਆਂਦੀ ਹੋਵੇ ਜਾਂ ਕਹੂ ਲਿਆਂਦੀ ਹੋਵੇ ਜਿਹਦਾ ਇਸੇ ਦੁੱਧ ਪਾ ਕੇ ਨਾਲ ਉਹ ਕਿਸ਼ਤ ਮੋੜ ਦੂੰਗਾ ਤੇ ਨਾਲ ਬੱਚੇ ਪੀ ਲੈਣਗੇ ਮਾਲਾ ਮੋਟਾ ਚੱਲੋ ਉਹ ਕਿਸ ਲੈਵਲ ਦਾ ਮਾਮਲਾ ਸਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹਦੇ ਤੇ ਅਜੇ ਤੱਕ ਕੋਈ ਪਸ਼ੂ ਪਾਲਣ ਮੰਤਰੀ ਨੇ ਕਿਸੇ ਨੇ ਕਿ ਇਹ ਕਿਹਾ ਕਿ ਉਹਨਾਂ ਲਈ ਕੋਈ ਦੇਖੋ ਕੋਈ ਅੰਦਾਜ਼ਾ ਲਾਓ ਉਹਨਾਂ ਨੂੰ ਕੋਈ ਕੰਪਨਸੇਟ ਕਰਨਾ ਹੈ ਉਹਨਾਂ ਨੂੰ ਕੋਈ ਰਾਹਤ ਦੇਣੀ ਹੈ ਜਾਂ ਵੱਡੇ ਪੱਧਰ ਤੇ ਕੋਈ ਕੈਂਪ ਲਵਾਤੇ ਹੋਣ ਕਿ ਦੇਖੋ ਕਿ ਤਾਂ ਕਿ ਉਹ ਬਿਮਾਰੀ ਕੀ ਹੈ ਉਹਦੇ ਲਈ ਦਵਾਈ ਕਿਹੜੀ ਦੀ ਲੋੜ ਹੈ ਕਿੰਨੀ ਆਪਾਂ ਹੁਣੇ ਮੰਗਾ ਕੇ ਦੇ ਸਕਦੇ ਆ ਕਿੰਨੇ ਸਟਾਫ ਦੀ ਲੋੜ ਹੈ ਉਹ ਸਟਾਫ ਆਪਾਂ ਕਿਵੇਂ ਪੂਰਾ ਟੈਂਪਰੇਰੀ ਕਰ ਸਕਦੇ ਆ ਜਾਂ ਜਿਵੇਂ ਮਰਜ਼ੀ ਕਰ ਸਕਦੇ ਆ ਇਹਦੇ ਤੇ ਕਦੇ ਬਿਆਨ ਵੀ ਸੁਣੇ ਬਿਲਕੁਲ ਨਹੀਂ ਕੋਈ ਇਹਦੇ ਤੋਂ ਨਜ਼ਰ ਆਉਂਦਾ ਕਿ ਸਰਕਾਰ ਕੰਮ ਕਰਦੀ ਹੈ ਜਾਂ ਨਹੀਂ ਕਰਦੀ ਕੰਮ ਕਿਸ ਲੈਵਲ ਦੀ ਹੈ ਕਿ ਕਿਸ ਲੈਵਲ ਦੀ ਨਹੀਂ ਹੈ ਇਹ ਸਵਾਲ ਸਾਡੇ ਸਾਹਮਣੇ ਬਹੁਤ ਵੱਡੇ ਸਵਾਲ ਦੇ ਰੂਪ ਦੇ ਵਿੱਚ ਹੈ ਔਰ ਦੇਸ਼ ਸੂਬੇ ਦੀ ਅਰਥਵਿਵਸਥਾ ਨਾਲ ਵੀ ਇਹ ਸੰਬੰਧਿਤ ਹੈ ਲੋਕਾਂ ਦੇ ਜੀਵਨ ਜਾਨ ਨਾਲ ਵੀ ਇਸ ਸੰਬੰਧਨ ਬਿਲਕੁਲ ਪਾਣੀ ਵੀ ਜ਼ਿੰਦਗੀ ਹੈ ਔਰ ਖੇਤੀ ਦੇ ਨਾਲ ਸੰਬੰਧਿਤ ਸਹਾਇਕ ਧੰਦੇ ਵਜੋਂ ਦੇਖਿਆ ਜਾਂਦਾ ਪਸ਼ੂਤੰਨ ਵੀ ਪੰਜਾਬ ਦੇ ਘਰ ਚਲਾਉਣ ਦੇ ਲਈ ਇੱਕ ਵੱਡਾ ਸਹਾਇਕ ਹੈ ਸੋ ਇਹਨਾਂ ਸਾਰੇ ਪਹਿਲੂਆਂ ਦੇ ਉੱਤੇ ਸਰਕਾਰਾਂ ਨੂੰ ਜਿੱਥੇ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ ਉੱਥੇ ਸਮਾਜਿਕ ਜਥੇਬੰਦੀਆਂ ਦਾ ਵੀ ਖਾਸ ਕਰਕੇ ਮਤਲਬ ਅਰਥ ਬਣਦਾ ਕਿ ਉਹਨਾਂ ਦਾ ਇਹ ਬਣਦਾ ਉਦੇਸ਼ ਕਿ ਭਾਈਓ ਪਾਣੀਆਂ ਦੇ ਲਈ ਅਹਿਮ ਤੌਰ ਤੇ ਗੰਭੀਰਤਾ ਨਾਲ ਸਾਹਮਣੇ ਆਉਂ ਔਰ ਔਰ ਸਰਕਾਰ ਚਾਹੇ ਆਯੁਸ਼ਮਨ ਵਰਗੀ ਯੋਜਨਾ ਤੇ ਚਾਹੇ ਪਸ਼ੂ ਹਸਤਾਨ ਵਾਲੀ ਸਥਿਤੀ ਉਹਦੇ ਉੱਤੇ ਗੌਰ ਕਰੇ ਨਹੀਂ ਤਾਂ ਇਹ ਦਿੱਕਤਾਂ ਵੱਡੀਆਂ ਹੋ ਸਕਦੀਆਂ ਸਰਕਾਰ ਆਉਂਦੇ ਦਿਨਾਂ 'ਚ ਸਵਾਲਾਂ ਦੇ ਕੇਰੇ 'ਚ ਫਿਰ ਖੜੀ ਹੋਏਗੀ ਤੇ ਇਹ ਸਮਾਂ ਰਹਿੰਦੇ ਆ ਇਸ ਪ੍ਰਕਾਰ ਕਾਰਵਾਈ ਕਰਨ ਦੀ ਲੋੜ ਹੈ ਇਸ ਲਈ ਅਸੀਂ ਲੋਕ ਮੁੱਦਿਆਂ ਲੈ ਕੇ ਹਾਜ਼ਰ ਹੁੰਨੇ ਆਂ ਫਿਰ ਪਰਤਾ ਕੇ ਨਵੇਂ ਮਹਿਮਾਨਾਂ ਨਾਲ ਨਵੇਂ ਵਿਸ਼ਿਆਂ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਵੀਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ ਬਹੁਤ ਬਹੁਤ ਧੰਨਵਾਦ ਜੀ